भी पेंद मारियो तनु तत्या क्यों गया थे तनु तत्या इस करके गया थे तनु पता तवा ताल आ रहा है जो तवा ताल आ रहा है वो तवे ताल नु तिद्दा पटोना ये तुसी सोचना ते थमना तवे ताल ते आपा तवे ताल नु तिद्दा पटोना आपा तवे ताल नु तोने तीते नाल बड़े तोने तंग नाल पंच साहब ने क्या वा पी पटोना ते इस करके नवी ताल ते बारे देने तुसी तंदे तम ਤੰਨੀਆਂ ਡਲਾਂ ਤੰਗੇ ਤਾਮ ਕੰਨਿਆ ਐ ਸਰਪੰਚ ਸਾਹਿਬ ਇੱਕ ਗੱਲ ਕਵਾਂ ਗੁੱਸਾ 'ਚ ਨਹੀਂ ਕਰੋਗੇ ਨਹੀਂ ਕਰਦੇ ਪਿਛਣਾ ਆ ਜੋ ਕੁਝ ਇਹਨੇ ਬੋਲਿਆ ਨਾ ਸਾਨੂੰ ਸਾਰੇ ਪਿੰਡ ਵਾਲਿਆਂ ਨੂੰ ਕੋਈ ਸਮਝ ਨਹੀਂ ਲੱਗੀ ਕੀ ਬੋਲਿਆ ਨੇ ਝੂਠੂ ਜੇ ਨੇ ਤੈਨੂੰ ਬੜੀ ਵਾਰ ਕਿਹਾ ਵਾ ਤੇਰੀ ਗਲਤੀ ਸਮਝ ਨਹੀਂ ਲੱਗਦੀ ਤੂੰ ਬੋਲਿਆ ਨਾ ਕਰ ਤੂੰ ਆਪ ਬੋਲੋ ਵੇਖੋ ਜੀ ਪਿੰਡ ਵਾਲਿਓ ਆਪ ਸਾਰਿਆਂ ਨੂੰ ਪਤਾ ਕਿ ਨਵਾਂ ਸਾਲ ਆ ਰਿਹਾ ਵਾ ਇਹ ਤਾਂ ਮੈਂ ਕਹਿੰਦੇ ਹਾਂ ਉਹ ਯਾਰ ਢਿੱਡ ਪਛਾਣ ਗਾ ਉਹਦਾ ਮੂੰਹ ਨਹੀਂ ਦਿੰਦਾ ਸਰਪੰਚ ਦਾ ਤੇ ਨਵਾਂ ਸਾਲ ਜਿਹੜਾ ਰਿਹਾ ਵਾ ਤੇ ਆਪਾਂ ਨਵਾਂ ਸਾਲ ਜਿਹੜਾ ਬੜੇ ਤਰੀਕੇ ਸੋਹਣੇ ਢੰਗ ਨਾਲ ਮਨਾਉਣਾ ਵਾ ਕਿਸੇ ਨੇ ਹੁਲੜਬਾਜੀ ਨਹੀਂ ਕਰਨੀ ਤੇ ਸ਼ਾਂਤਮਈ ਮਾਹੌਲ ਨਾਲ ਮਨਾਉਣਾ ਵਾ ਤੇ ਪਹਿਲੀ ਗੱਲ ਤਾਂ ਜਿਹੜਾ ਨਵਾਂ ਸਾਲ ਹੈ ਉਹ ਆਪਣਾ ਇੱਕ ਚੇਤ ਨੂੰ ਗੁਰਸਿੱਖ ਮਰਿਆਦਾ ਦੇ ਅਨੁਸਾਰ ਆਉਂਦਾ ਵਾ ਜੇ ਤੁਸੀਂ ਅੰਗਰੇਜ਼ਾਂ ਦੇ ਹਿਸਾਬ ਨਾਲ ਮਨਾਉਣਾ ਵਾ ਨਾ ਉਹਨੂੰ ਸ਼ਾਂਤਮਈ ਤਰੀਕੇ ਨਾਲ ਮਨਾਉਣਾ ਪੈਣਾ ਵਾ ਕਿਸੇ ਦਾ ਦਿਲ ਨਾ ਦੁਖੇ ਠੀਕ ਆ ਪਿੰਡ ਵਾਲਿਓ ਆਪਣੇ ਸਰਪੰਚ ਸਾਹਿਬ ਨੇ ਦੱਸਿਆ ਕਿ ਨਵਾਂ ਸਾਲ ਆ ਰਿਹਾ ਤੁਹਾਨੂੰ ਸਾਰਿਆਂ ਨੂੰ ਪਤਾ ਜ਼ਰੂਰੀ ਆ ਤੇਰਾ ਭੈਣ ਦਾ ਵਾਜਾ ਜਿਵੇਂ ਤੁਹਾਨੂੰ ਸਰਪੰਚ ਸਾਹਿਬ ਨੇ ਦੱਸਿਆ ਵੀ ਨਵਾਂ ਸਾਲ ਆ ਰਿਹਾ ਤੁਸੀਂ ਨਵਾਂ ਸਾਲ ਮਨਾਉਂਦੇ ਰਹੇ ਹੋ ਚਿਰਾਂ ਤੋਂ ਮਨਾਉਂਦੇ ਰਹੇ ਹੋ ਅੰਗਰੇਜ਼ਾਂ ਦੇ ਮੁਤਾਬਕ ਪਰ ਐਰਕੀ ਵੇਖੋ ਆ ਪਿੱਛੇ ਜੇ ਆਪਣੇ ਜਿਹੜੇ ਦਿਹਾੜੇ ਲੰਘੇ ਨੇ ਉਹ ਦਿਹਾੜੇ ਸ਼ਹੀਦੀ ਦਿਹਾੜੇ ਲੰਘੇ ਨੇ ਉਹਨਾਂ ਨੂੰ ਆਪਾਂ ਪ੍ਰਵਾਨ ਕਰਦੇ ਹੋਏ ਉਹਨਾਂ ਨੂੰ ਆਪਾਂ ਸਾਹਿਬਜ਼ਾਦਿਆਂ ਨੂੰ ਯਾਦ ਕਰਦੇ ਹੋਏ ਇਹ ਜਿਹੜਾ ਨਵਾਂ ਸਾਲ ਐਰਕੀ ਦਾ ਉਹ ਆਪਾਂ ਉਸ ਤਰੀਕੇ ਨਾਲ ਮਨਾਉਣਾ ਹਾਂ ਬੇਸ਼ੱਕ ਤੁਸੀਂ ਆਪਣੇ ਘਰ ਦੇ ਵਿੱਚ ਥੋੜ੍ਹੀ ਬਹੁਤੀ ਖੁਸ਼ੀ ਮਨਾ ਸਕਦੇ ਹੋ ਪਰ ਹੁੱਲੜਬਾਜ਼ੀ ਨਹੀਂ ਕਰਨੀ ਚਾਹੀਦੀ ਸ਼ਰਾਬ ਨਹੀਂ ਪੀਣੀ ਚਾਹੀਦੀ ਉਸ ਦਿਨ ਤੁਸੀਂ ਗੁਰਦੁਆਰੇ ਜਾਓ ਆਪਣਾ ਨਾਮ ਜਪੋ ਅਤੇ ਸਰਬੱਤ ਦਾ ਭਲਾ ਮੰਗੋ ਇਸ ਤਰੀਕੇ ਨਾਲ ਤੁਸੀਂ ਇਹ ਜਿਹੜਾ ਨਵਾਂ ਸਾਲ ਮਨਾਉਣਾ ਆ ਤਾਂ ਤੂੰ ਦਾਦੀ ਬੱਤੀ ਦੇ ਤੇ ਬੰਦਾ ਕੀ ਗਿਆ ਵਾ ਅੱਛਾ ਬੱਚਾ ਵਿੱਚ 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 ਬੱਚਾ ਸਮਝ ਨਹੀਂ ਲੱਗੀ ਤੇਰੀ ਤਾਂ ਦਾਦੀ ਤੀ ਚਾ ਉਹਨਾਂ ਦੀ ਲੱਗੀ ਤੇਰੀ ਪਹਿਲੇ ਦਿਨ ਚੋਂ ਨਹੀਂ ਲੱਗੀ ਹਾਨੂੰ ਉਹ ਗੱਲ ਸੋ ਮੇਰੀ ਮੈਨੂੰ ਇਹ ਨਹੀਂ ਪਤਾ ਲੱਗਦਾ ਸਰਪੰਚ ਨੇ ਇਹਨੂੰ ਰੱਖਿਆ ਤੇ ਜਾਂ ਇਹਨੇ ਸਰਪੰਚ ਨੂੰ ਰੱਖਿਆ ਉਹ ਸਰਪੰਚ ਆ ਸਾਨੂੰ ਹੋਰ ਵੀ ਕੰਮ ਬਹੁਤ ਆ ਇਹਦੀ ਤਾਂ ਸਮਝ ਵੀ ਨਹੀਂ ਲੱਗਦੀ ਸਾਨੂੰ ਬਈਲੇ ਘਰ ਹੀ ਜਾਣਾ ਆ ਸਰਪੰਚ ਸਾਹਿਬ ਇਹ ਸਭਾ ਕਿੰਨੀ ਕੁ ਚੇਰ ਚੱਕ ਹੋਰ ਚੱਲਣੀ ਆ ਸਭਾ ਇਦਾਂ ਵੀ ਹੁਣ ਤੁਹਾਨੂੰ ਸਾਰਿਆਂ ਨੂੰ ਸਮਝ ਲੱਗ ਗਈ ਆ ਲੱਗ ਗਈ ਆ ਜੀ ਸਾਰੀ ਸਮਝ ਲੱਗ ਗਈ ਆ ਪਰ ਆ ਜੋ ਬੋਲਿਆ ਨਾ ਇਹ ਸਮਝ ਨਹੀਂ ਸਾਨੂੰ ਲੱਗੀ ਇਹ ਪਹਿਲਾਂ ਕੀ ਕਰਦਾ ਜੀ ਹਾਂ ਮੰਡ ਸਾਹਿਬ ਨੇ ਸਾਨੂੰ ਤੁਹਾਨੂੰ ਦੱਸਤਾ ਵਾ ਵੀ ਨਵਾਂ ਸਾਲ ਤੁਸੀਂ ਜਿਹੜਾ ਵਾ ਕਿਹੜੇ ਤਰੀਕੇ ਨਾਲ ਮਨਾਉਣਾ ਵਾ ਕਿੱਦਾਂ ਮਨਾਉਣਾ ਵਾ ਠੀਕ ਆ ਜੀ ਤੇ ਅੱਜ ਦੀ ਸਭਾ ਜਿਹੜੀ ਆ ਜੀ ਇੱਥੇ ਸਮਾਪਤ ਆ ਹਾਂ ਸਾਡੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਨਵੇਂ ਸਾਲ ਦੀਆਂ ਮੁਬਾਰਕਾਂ ਠੀਕ ਹੈ ਜੀ ਚਲੋ ਚੱਲੀਏ ਬਾਈ ਚੰਗਾ ਸਰਪੰਚ ਸਾਹਿਬ ਬਾਅਦ ਨਹੀਂ ਸਰਪੰਚ ਨੂੰ ਕੋਈ ਪੁੱਛਦਾ ਹੁੰਦਾ ਉਹ ਇਹਨਾਂ ਮੂਰਖਾਂ ਨੂੰ ਸਮਝਾਉਣਾ ਬੜਾ ਔਖਾ ਬੜਾ ਔਖਾ ਵਾ ਚਲੋ ਆਪਾਂ ਵੀ ਚੱਲੀਏ ਬੱਤੀ ਆਉਂਦੀ ਨੀ ਤੇ ਬਿੱਲ ਆ ਜਾਂਦਾ ਹੈ ਕੀ ਬਣੂ ਬਿਜਲੀਆਂ ਦਾ ਕੋਈ ਚੱਕਰ ਨਹੀਂ ਕੋਈ ਫਾਇਦਾ ਨਹੀਂ ਹੈ ਕਿਨੂੰ ਆ ਓਏ ਠੀਰਿਆ ਹਾਂ ਤੂੰ ਇੱਥੇ ਕੀ ਕਰਦਾ ਓਏ ਆ ਮੀਟਰ ਨਾਲ ਸਲਾਮਾ ਪਿਆ ਮੈਂ ਓ ਮੀਟਰ ਨਾਲ ਸਲਾਮਾ ਤੂੰ ਬਾਅਦ ਚ ਪੈ ਜੀ ਮੈਂ ਤੈਨੂੰ ਇਹ ਕਹਿਣਾ ਹੈ ਵੀ ਜਿਹੜਾ ਸਰਪੰਚ ਸਾਹਿਬ ਨੇ ਕਿਹਾ ਵਾ ਵੀ ਨਵਾਂ ਸਾਲ ਕਿਵੇਂ ਮਨਾਉਣਾ ਤੈਨੂੰ ਕੋ ਪਤਾ ਹੈਗਾ ਮੈਂ ਤਰੀਕਾ ਕਹਿੰਦਾ ਕੋਈ ਲੱਭੋ ਚੰਗਾ ਆ ਤੇ ਲੱਭੋ ਫਿਰ ਤਰੀਕਾ ਤਰੀਕਾ ਤੂੰ ਦੱਸ ਤੇ ਤੋਂ ਤੇ ਤਰੀਕੇ ਵਾਧੂ ਆ ਮੈਂ ਦੇ ਦੇਣਾ ਤਰੀਕਾ ਦੱਸ ਫਿਰ ਤੂੰ ਪਤਾ ਕੀ ਕਰ ਹਾਂ ਸਰਪੰਚ ਸਾਹਿਬ ਤੇ ਝੁੱਡੂ ਉਹਨੂੰ ਕੀ ਪਤਾ ਉਹ ਹੈ ਝੁੱਡੂ ਆ ਓ ਵੀ ਇਦਾਂ ਮਨਾਓ ਇਦਾਂ ਮਨਾਓ ਯਾਰ ਸਾਲ ਬਾਅਦ ਇਹ ਦੇਣ ਆਉਂਦਾ ਸਹੀ ਗੱਲ ਆ ਤੂੰ ਹੀ ਇਦਾਂ ਕਰ ਸ਼ਰਾਬ ਤੂੰ ਕੱਢ ਲੈਣਾ ਆ ਪਾਇਆ ਗੁੜ ਮੈਂ
बस तू पट्ठी ला अच्छा पांच छे बोतल कढ नाले पीण नाले वेच नहीं बेचेगा नहीं यार यारा दो सौ पियाऊंगा उही च गल इन्हें पता लग गया भी भीरे ने नवे साल की पार्टी की थी हां वही गल की थी तू ठीक है हां आज ही फिर बोतल पीनो नहीं मैं नहीं पीनी मेनू होर भी काम है गया तू आज तो शुरू कर दे काम मैं चलिया बाहर लाउन लगा थले आग जाके जा थले पागे पटाके करके चल ठीक है तू दस बत्ती आनी जे बिल आ गया ना तेरे मैं छत्र फेर नहीं है सब लाल तू समझ गया तू हां मीटर चला देगा बत्ती आती नहीं बिल नहीं होना चाहता नाम जी वाला गुंडे अंदर वाड़े जाना गांव दी गांव साची चाची काल जी सत श्री अकाल सत श्री अकाल कर ला यार ਮੈਂ ਵੱਡੇ ਸਾਹਿਬ ਨਾਲ ਗੱਲ ਕਰ ਓਏ ਵੱਡਾ ਸਾਹਿਬ ਉਧਰ ਆ ਅੱਛਾ ਇਧਰ ਓਏ ਤੇ ਖਲੋ ਕੇ ਗੱਲ ਕਰੀ ਚਲੋ ਓ ਯੱਕ ਜਗੋ ਯੱਕ ਜੀ ਹੋਣੂ ਕਿ ਜੀ ਗੱਲ ਕਰੋ ਸਾਹਿਬ ਜੀ ਉੱਤੇ ਕਿਹੜੀ ਸਾਹਿਬ ਦੇ ਓ ਕੋਈ ਨਹੀਂ ਕੋਈ ਨਹੀਂ ਗੱਲ ਕਰੋ ਇਧਰ ਸਾਹਿਬ ਜੀ ਪਿੰਡ 'ਚ ਇੱਕ ਬੰਦਾ ਬੋਲ ਸ਼ਰਾਬ ਦੀ ਪੱਠੀ ਲਾਈ ਆ ਓਏ ਜਨਾਬ ਜੀ ਆਹ ਦੇ ਬੰਦਾ ਆਪਣਾ ਕੀ ਟੌਟ ਨਿਕਲਾਇਆ ਹਾਂਜੀ ਖਬਰੀ ਮੈਂ ਕਾਨੂੰਨ ਦਾ ਬਹੁਤ ਸਰਵ ਕਾਨੂੰਨ ਦਾ ਪਾਸ਼ਕ ਹੈ ਪਾਸ਼ਕ ਪਾਸ਼ਕ ਠੀਕ ਹੈ ਪੱਠੀ ਲਾਉਣ ਕਿੱਥੇ ਗਿਆ ਪਤਾ ਕੋ ਹਾਂਜੀ ਜਨਾਬ ਉਹਨੇ ਚਬਾੜਾ ਜੇ ਚੜਨਾ ਵਾ ਚਬਾਰੇ ਤੇ ਕੌਣ ਪੱਠੀ ਲਾਉਂਦਾ ਯਾਰ ਉਹਨੇ ਲਾ ਲਈ ਆ ਚਬਾਰੇ ਤੇ ਹਾਂ ਕੀ ਆ ਉਹਨੇ ਓਏ ਤੇਰੀ ਯਾਰ ਉਹਨੇ ਦੇ ਵੇੜਾ ਓਏ ਮੈਨੂੰ ਦੱਸ ਮੈਂ ਜਾਣਾ ਫੜਨ ਉਹਨੇ ਦੇ ਵੇੜਾ ਹੈ ਨਹੀਂਗਾ ਵੇੜਾ ਹੈ ਨਹੀਂਗਾ ਤੂੰ ਚਬਾੜੇ ਤੇ ਲਾਈ ਪੱਠੀ ਨਾ ਕੀ ਉਹਦਾ ਵੀੜਾ ਸ਼ਰਾਬੀ ਵੀੜਾ 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 ਇਹਦਾ ਵੀੜਾ ਹੁੰਦਾ B I R A I ਵੀੜਾ ਬੀੜਾ ਹਾਂਜੀ ਜੀ ਬੀੜਾ ਤੂੰ ਬੀੜਾ ਬੀੜਾ ਲਈ ਮੈਂ ਬੋਲਦਾ ਹੀ ਜਾਂ ਨਾ ਬੀੜਾ ਅੱਗੇ ਕੀ ਹੈ ਸ਼ਰਾਬੀ ਆ ਸ਼ਰਾਬੀ ਹੁਣ ਤੇ ਸੋਫੀ ਹੋਣਾ ਵਾ ਪਤਾ ਨਹੀਂ ਸ਼ਰ ਤੁਸੀਂ ਨੂੰ ਫਾੜ ਲਓ ਚੰਗਾ ਉਹ ਬੀੜਾ ਸਿੰਘ ਆ ਬੀੜਾ ਸ਼ਰ ਮੈਂ ਤਾਂ ਤੈਨੂੰ ਦੱਸਿਆ ਮੈਂ ਕਾਨੂੰਨ ਦਾ ਬਹੁਤ ਵੱਡਾ ਪਾਸ਼ਕ ਠੀਕ ਆ ਪਾਸ਼ਕਾ ਚੰਗੀ ਤਰ੍ਹਾਂ ਗੱਲ ਦੱਸ ਜਿਹੜੀ ਦੱਸਣੀ ਅੱਛਾ ਗੱਲ ਸੁਣ ਮੇਰੀ ਅੱਛਾ ਫਿਰ ਮੈਂ ਤੇ ਸਹੀ ਨਹੀਂ ਦੱਸੀ ਤੁਹਾਨੂੰ ਦੱਸ ਦਿੰਦੇ ਆ ਸ਼ਰ ਬੀੜਾ ਸ਼ਰਾਬੀ ਇੱਕ ਉਹ ਪੱਠੀ ਲਾਈ ਸ਼ਰਾਬ ਦੀ ਉਹਨੇ ਵਰੇ ਵਰੇ ਦਾ ਇਹ ਤਾਂ ਅਸੀਂ ਸੁਣ ਲਿਆ ਨਵਾਂ ਛਾਲ ਸ਼ਰਾਬ ਕੱਢਣ ਡਿਆ ਤੇ ਤੁਸੀਂ ਨੂੰ ਫਾੜ ਲਓ ਮੁੰਛੀ ਕੀ ਕਰਨਾ ਜਨਾਬ ਜੀ ਫਾੜ ਲੈਨੇ ਆ ਫਿਰ ਇਹਦਾ ਨਾਮ ਵੀ ਬਣ ਜਾਣਾ ਹਾਂਜੀ ਸ਼ਰ ਮੇਰਾ ਖਿਆਲ ਰੱਖਿਓ ਰੱਖਾਂਗੇ ਠੀਕ ਹੈ ਬਹੁਤ ਚੰਗੀ ਤਰ੍ਹਾਂ ਰੱਖਾਂਗੇ ਸਰਕਾਰ ਵੱਲੋਂ ਤੈਨੂੰ 1000 ਰੁਪਿਆ ਮਿਲ ਜਾਣਾ ਦੋ ਛੇਤੀ ਦੋ ਜਿਹਦਾ ਫੜਾਏਗਾ ਉਹ ਮਿਲੂਗਾ ਹਾਂ ਬਿਲਕੁਲ ਇਹ ਹੁਣ ਬੋੜੀ ਕਰਾ ਜਾ ਨਾ 100 ਦੇ ਦੋ 900 ਰਾਜ ਦਾ ਐਡਵਾਂਸ ਥੋੜਾ ਮਿਲ ਜੇ ਨਾ ਮੈਨੂੰ ਦੱਸਾਂਗੇ ਸਬਰ ਰੱਖ ਕਾਨੂੰਨੀ ਕਾਰਵਾਈ ਆ ਕੋਈ ਕਾਰਵਾਈ ਹੋਊਗੀ ਪਰਚਾ ਹੋਊਗਾ ਤੂੰ ਗਵਾਚ ਵਿੱਚ ਆਏਗਾ ਫੇਰ ਹੀ ਆ ਕੇ ਤੈਨੂੰ ਰਿਪੋਰਟ ਮਿਲੂਗੀ ਬਿਲਕੁਲ ਅੱਛਾ ਅਸੀਂ ਉਹਨਾਂ ਨੂੰ ਕਹਿ ਸਕਦੇ ਵੀਰੇ ਨੇ ਰਿਪੋਰਟ ਦਿੱਤੀ ਹੈ ਕਹੀਏ ਅਭਿਸ਼ਨ ਦੀ ਹਾਂ ਲੈ ਲੈ ਇਹ ਨਹੀਂ ਦੇਖਣਾ ਗੁਪਤ ਗੁਪਤ ਠੀਕ ਹੈ ਸਰ ਮੈਂ ਕਾਨੂੰਨ ਦਾ ਬਹੁਤ ਵੱਡਾ ਪਾਸ਼ ਕਰ ਅਸੀਂ ਦੇਖ ਲਿਆ ਦੇਖ ਲਿਆ ਦੇਖ ਲਿਆ ਦੇਖ ਲਿਆ ਬਹੁਤ ਧੰਨਵਾਦ ਅੱਛਾ ਬਹੁਤ ਧੰਨਵਾਦ ਤੁਹਾਡਾ ਪਾਣੀ ਪਿਆ ਜੋ ਪਾਣੀ ਤਾਂ ਦੱਸ ਕੜਾ ਚੁੱਕਾ ਨਾ ਤੇਰੇ ਵਾਸਤੇ ਮੋਟਰ ਲਾਈ ਇੱਥੇ ਉਹ ਜਿਹੜਾ ਵੀ ਦੇ ਲੋ ਸ਼ਰਾਬ ਨਿਕਲੀ ਜਾਣਾ ਜਦੋਂ ਉਹ ਫੜ ਕੇ ਲਾਉਂਦੇ ਨੇ ਉਹ ਪੀਵਾਂਗੇ ਹੈ ਹਾਂ ਬਿਲਕੁਲ ਮੈਂ ਕਾਨੂੰਨ ਦਾ ਬਹੁਤ ਵੱਡਾ ਪਾਸ ਸੁਣ ਲਿਆ ਸੀ ਸੁਣ ਲਿਆ ਪਹਿਲਾਂ ਵੀ ਸੁਣ ਲਿਆ ਹੁਣ ਆ ਜਾਓ ਹੁਣ ਕੋਈ ਨਹੀਂ ਦੇਖ ਵੀ ਲਿਆ ਸੱਤ ਤੁਹਾਡੇ ਨੇ ਇੱਕ ਗੱਲ ਕਰਨੀ ਨਿੱਕੀ ਜੀ ਪੜਦੇ ਚ ਰਵੇ ਇਹ ਕਾਨੂੰਨ ਦਾ ਬਹੁਤ ਵੱਡਾ ਪਾਸ਼ ਕੀ ਇਹ ਗੱਲ ਪੜਦੇ ਜੀ ਪੜਦੇ ਜੀ ਪਹਿਲਾਂ ਪੜਦੇ ਤੋਂ ਬਾਹਰ ਕਰ ਗਿਆ ਇਹ ਮੇਰੀ ਗੱਲ ਸੁਣ ਸਾਨੂੰ ਪਤਾ ਲੱਗ ਗਿਆ ਵੀ ਤੂੰ ਕਾਨੂੰਨ ਦਾ ਬੜਾ ਤਗੜਾ ਪਾਸ਼ਕ ਕਾਨੂੰਨ ਦਾ ਕਿੰਨਾ ਤਗੜਾ ਇਹਨੂੰ ਮੈਂ ਦੱਸਦਾ ਕਾਨੂੰਨ ਦਾ ਬਹੁਤ ਵੱਡਾ ਪਾਸ਼ਕ ਹੈ ਯੋਧਿਆ ਤੂੰ ਵੀ ਸੁਣਦਾ ਬਹੁਤ ਵੱਡਾ ਆਸਤਾ ਮੈਂ ਕਾਨੂੰਨ ਦਾ ਬਹੁਤ ਵੱਡਾ ਪਾਸ਼ਕ ਹੈ ਸਰ ਕੋਈ ਰਹਿ ਗਿਆ ਤੇ ਪੁੱਛ ਲੋ ਉਹ ਜਾਓ ਕੈਦੀ ਕੁਜੀ ਹੈ ਉਹਨੂੰ ਦੱਸ ਹੈਲੋ ਭਾਈ ਸਾਹਿਬ ਐ ਕਰੇ ਮੈਂ ਕਾਨੂੰਨ ਦਾ ਬਹੁਤ ਵੱਡਾ ਪਾਸ਼ਕ ਹੈ ਖਤਰਨਾਕ ਆ।
चलो कोहता लिबड़िया। ओ बिशने की हाल है? मन साहब की हाल जी? की करी जाना इथे खलोता? बस कुछ नहीं, मैं सोचन दिया भी सरपंच साहब ने जेड़ा किया वा भी नवा साल मनाउणा। हां तेनू को पता किद्दा मनाउणा? मेनू ते पता। अच्छा मेरे तरीके ने मनाना फिर तेनू ज्यादा वधिया लगू। नहीं ते ओ तरीका माड़ा। सुनता लै, तू इदा कर भी दारू दूर पिया कर, तू ते पी लेने बथेरी, ठीक है? नाले पी ते नाले पिया, मुर्गे मरगे वड, नवा साल मनाए, साल बाद ते आउंदा। बल्ले ओ सियाणिया, किन्नी तेरी उम्र हो गई आ? तेनू सरपंच दी गल जिहड़ी ओह मासा पल्ले नहीं पई? नहीं मैं सारी सुनी आ। सुनी सरपंच ता सरपंच साहब ते काजा सरपंच साहब ओ ता पता ही कोनी है, ओ सरपंच टट्टू दा उनते को पता ही नहीं। मेरी सलाह मान, जो मैं कहना ओ कर। हां अच्छा तू की आना? मैं आना मुर्गे वड नाले मेनू खुआ। अच्छा हां ते अही ते आने भी तू उदन गुरुद्वारे जावी मत्था टेकी सरबत दा पला मंगी। ओ चंग ठीक आ, मांग ली सरबत दा पला। इन्हां नूं कोई नहीं समझा सकदा, इन्हां दा ना रब ही रखा। मुंशी जी। जनाब ओ जिहड़ा बंदा नहीं आया सी? हां जी हां जी, लियाओ फड़ के जिहनूं कहिंदा सी। जी जनाब लो जी हुकम तले सिर मत्थे लै के आ, नूं देखिए की करदा की नहीं। अच्छा जनाब जी, जे पट्ठी पुट्ठी लगी हुई तां दारू दरू निकले ही लाइए नाल ही, नवें साल पी लांगे, देख लो जिवें ठीक लगदा तुहानूं। आ बई लिया उहनूं फड़ के लिया जा। बाकी सा जा भज के लकड़ा लगे मूँह वाल वेखी जाने। जनानी पता हो बंदा बैठा लागे लकड़ा लुकड़ा ला गया वे मूँह चाके वेखन दे कितना कड़दा। दस कड़न दस इन्हों की भैन कड़ लिया। मैं आ जा भैया कक्का सीधा जा। आ की हो गया की हो गया? हाँ तुम अन्ने हो तुम दीदा की हो गया? जनाब जनाब कर सुनो मेरी, मैं हासना गल कर दिया। हाँ जी जनाब। वो तू शरेआम चबार के उपर पट्टी ला के बैठा जनाब, जगाड़ बन दिया पी के जाए कका। ए, पी के नहीं आना तेन लैके जाना मैं बल। चलो चल जनाब एक थोड़े बूंद जी हो लगी है। चल सारा ला जी चल ढाडा सूत्रो नाल मेरा। चल 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 पीड़िया शराबा। ओए शराब पीती है गल्ला साडी जात नहीं पींदा। जनाब जी की हाल जी? की हाल ताल ता साडे ठीक है। जनाब जी सीधी पट्ठी लगी अग बल दई। आहा की ते तनका तनका डिगा दई जनाब जी। आहा हा हा करो इनू अंदर। जनाब जी एकदम थोड़ी अंदर कर लेना पहला लिखो। चलो 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 लिखो। ओ डर ना काम करो। ओ भाजी गल दा सोलो बड़ी तगड़ी पहुंच मेरे पिछे। ले दस आ काम कर दे। लो जनाब जी लिखो बीरा सिंह। ना ना बीरा शराबी इहो ही लिखांगे। बीरा शराबी सानोफ। हां एक मिनट सानोफ ऐ दस दे कोई गल नहीं, ऐ दस दे उथे खड़े ही दस दे। हां मुंशी ओ सानोफ की आ? हां जी सानोफ। हां 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 हरदेव सिंह। हरदेव सिंह ਕਿੱਥੇ ਰਹਿੰਦਾ ਕਿੱਥੇ ਤੂੰ? ਦਾਦੇ ਦਾ ਕਰਮ ਸਿੰਘ। ਹਾਂ ਓਏ ਦਾਦੇ ਤੇਰੇ ਕੋ ਦਾਣੇ ਲੈਣੇ ਅਸੀਂ। ਉੱਤੋਂ ਪਰਦਾਦੇ ਦਾ ਸੇਵਾ ਸਿੰਘ। ਬੰਦਿਆਂ ਨੂੰ ਦੱਸ। ਉੱਤੋਂ ਪਰਦਾਦੇ ਦਾ ਮੇਵਾ ਸਿੰਘ। ਜਿਹੜੀ ਗੱਲ ਪੁੱਛੀ ਉਹ ਦੱਸ। ਜਨਾਬ ਤੇ ਖਾਨਦਾਨ ਦਾ ਨਾਂ ਹੀ ਦੱਸਣਾ? ਉਹ ਕੱਲਾ ਪਿਓ ਦਾ ਪੁੱਛ ਦਿੰਦੇ ਓਏ। ਹਾਂ ਉਹ ਗੱਲ ਸੁਣ ਮੇਰੀ। ਹਾਂਜੀ ਆ ਤੈਨੂੰ ਪਤਾ ਵਾ ਵੀ ਆ ਨਵਾਂ ਸਾਲ ਆਉਣ ਵਾਲਾ ਲਾਉਗਾ ਹੈ ਨਾ? ਅਤੇ ਤੂੰ ਨਵੇਂ ਸਾਲ ਵਾਲੇ ਦਿਨ ਕੀ ਕੰਜਰਖਾਨਾ ਪੱਠੀ ਲਾ ਕੇ ਬੈਠਾ? ਜਨਾਬ ਤੈਨੂੰ ਮੈਂ ਦੱਸਦਾ ਬਾਰ ਬਾਰ ਗੇਟ ਕਿਉਂ ਖੋਲਦਾ ਯਾਰ? ਉਹ ਜਨਾਬ ਤੁਹਾਡੇ ਲਾਗੇ ਆਣ ਕੇ ਗੱਲ ਕਰਦੇ ਨੇ। ਇੱਥੇ ਸਾਨੂੰ ਸੁਣੀ ਜਾਂਦਾ ਨਹੀਂ ਖੋਲ ਬੂਆ ਆਉਂਦੇ ਨੂੰ। ਇੱਥੇ ਉੱਧਰ ਗੱਲ ਕਰ ਜਨਾਬ ਜਦੋਂ ਸਿੱਧਾ ਆ ਕੇ ਗੱਲ ਕਰ ਸਿੱਧਾ ਉੱਧਰ ਚੱਲ ਜਦ ਮੂੰਹ ਟੁੱਗੇ ਨਹੀਂ ਕਰ ਸ਼ਰਾਬ ਦੀ ਬਾਤ ਆਉਂਦੀ ਜਨਾਬ ਇੱਥੋਂ। ਜਨਾਬ ਜਦੋਂ ਨਵਾਂ ਸਾਲ ਉੱਧਰ ਗੱਲ ਕਰ ਸਿੱਧਾ ਹੋ ਗਏ ਯਾਰ ਛੁਹਾਰਾ ਕੇ ਪਾਸੇ ਤੇ ਲੱਗਣ ਦਾ ਫਿਰ ਚਾਹੁੰਦਾ ਸੀ ਚਾਹੁੰਦਾ ਸਰ ਨਵਾਂ ਸਾਲ ਆਉਂਦਿਆ ਬੰਦਿਆਂ ਕੋ ਦੱਸ ਓਏ ਮੂੰਹ ਚ ਚੂਰਨ ਪਾਇਆ ਵਾ ਉਹ ਨਾ ਬੰਦਿਆਂ ਨੂੰ ਬੋਲ ਤੇ ਬੰਦੇ ਬੋਲਦੇ ਨਹੀਂ ਬੰਦੇ ਬੰਦੇ ਬੋਲਦੇ ਨਹੀਂ ਕਿ ਬੋਲਦੇ ਚਲੋ ਦੱਸੋ ਔਰ ਗੁੰਗਾ ਥੋੜੀ ਬੋਲਦਾ ਹੋਊਗਾ ਉਹ ਗੱਲ ਠੀਕ ਆ ਬੰਦਿਆਂ ਨੂੰ ਦੱਸੋ ਜਨਾਬ ਨਵਾਂ ਸਾਲ ਆਉਂਦਾ ਇਸ ਕਰਕੇ ਪੱਠੀ ਲਾਈ ਸੀ ਮੈਂ ਕਿਹਾ ਚਲੋ ਸਵੇਰੇ ਸਿਪ ਸਿਪ ਮਾਰ ਲਾਂਗੇ ਦੋ ਸਾਲ ਮਨਾਇਆ ਜਾਊ ਪੱਠੀ ਲਾਉਣੀ ਨਹੀਂ ਬਣਦੀ ਤੈਨੂੰ ਪਤਾ ਨਹੀਂ ਜਨਾਬ ਜੀ ਕਾਨੂੰਨੀ ਜੁਰਮ ਕਰਨ ਦਿਆ ਤੇ ਉਤੋਂ ਆਉਂਦਾ ਨਵਾਂ ਸਾਲ ਮਨਾਉਣਾ ਜਨਾਬ ਮੈਂ ਕਿਹੜੀ ਕੱਢ ਕੇ ਵੇਚਦਾ ਮੈਂ ਆਪ ਪੀਂਦਾ ਵਾਂ
जे दो दो चार पैग लाने तुम ला लो मेरी गल सुन चिड़ी सुन जा सरपंच ने जेड़ी गल की पले पै गई चिरक नहीं मेरे पले बहुत वधिया तरीके दी पई है चाचा नवा साल किदा मना रहा फिर नवा साल बाद चित्रा ही तोड़ फिड़के दे ओ तोड़ फिड़के जा कोई लग गया हां नवा साल साल बाद आउंदा हां साल बाद आउंदा इनु कोई तरीके ना मना केड़ा तरीका वरता तू दस दे फिर तरीका तेनु मैं दस देना दछो जी दछो तू एदा कर ब्याह करावा ओए हाय तेरा ब्याह होना हुन ते तेरी कब्र च लटा अच्छा नहीं तू मेरे तरीके ना मनाएगा नवा साल ते वधिया रहूगा चल ठीक है दस दे तू एदा कर भुक्की लाके ना उन्हू रिन्ह के आप पी नाले पिंड वाले नू पिया अच्छा हां चल फिर यही तरीका वरतना चाचा मावा वंड फीम जिनी तेरे को हैगी वंड अपने दोस्तों नू पता लगे नवा साल मनाया डॉन अमली ने मावा किथे वंड जा मैं मावा नी मावा मावा अच्छा मावा फीम 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 ओ वंड अच्छा ओ वंडा ते नवा साल मना तरीके ना के मैं लियाऊंगा किथों हां मैनू नहीं पता मैं तेनू तरीका दसता ही ਭੁੱਖੀ ਕੱਲੀ ਰਹਿਣ ਲਾ ਆ ਚੱਲ ਮੈਂ ਉਹੀ ਰਹਿਣ ਲੈਣਾ ਵਾ ਲੱਗ ਜਾ ਰੇ ਲੱਗ ਜਾਣਾ ਚਾਚਾ ਉੱਡ ਜਾ ਹੁਣ ਫਿਰ ਤੂੰ ਕਹਿ ਚਾਚਾ ਮੈਂ ਆਰੇ ਨਾ ਲਗਾ ਚੱਲ 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 ਠੀਕ ਆ ਫਿਰ ਲੈ ਬਾਈ ਇਹਨੂੰ ਤਾਂ ਆਪਾਂ ਚਾੜਤਾ ਪਟੇ ਦੇ ਚੱਲ ਬਾਈ ਆ ਤੇਰੇ ਭੈਣਾਂ ਬਦੂਰ ਬਿਠਵਾ ਗਏ ਆ ਗਈ ਸ਼ਰੇ ਉਹ ਪਾਸ਼ਕ ਜੀ ਇੱਕ ਹੋਰ ਖਬਰ ਤਾਜ਼ੀ ਤਾਜ਼ੀ ਫੜ ਲਿਆ ਹੈਗਾ ਕੋਈ ਸਰ ਫੜ ਲਿਆ ਇੱਕ ਨਵਾਂ ਬੰਦਾ ਹੈਗਾ ਜੀ ਹਾਂ ਇੱਕ ਨਵਾਂ ਬੰਦਾ ਹੈਗਾ ਜੀ ਹਾਂ ਕਿਹੜਾ ਉਹਨੇ ਭੁੱਖੀ ਠੀਕ ਹੈ ਅਫੀਮ ਇਹਦਾ ਕੰਮ ਕਰਦਾ ਹਾਂ ਉਹਨੇ ਅਜੇ ਤਾਜ਼ੀ ਉਹ ਪਤੀਲੀ ਜੀ ਚਾੜੀ ਆਪਣੀ ਫੜ ਲਓ ਉਹ ਕਿੱਥੇ ਆ ਉਹ ਹੈਗਾ ਜੀ ਆਪਣਾ ਉਹ ਵਿੱਚ ਬਾੜੇ ਚ ਹੀ ਲਾ ਕੇ ਯਾਰ ਤੇਰੇ ਸਾਰੇ ਬੰਦੇ ਚਬਾਰੇ ਚ ਯਾਰ ਮੇਰੇ ਬੰਦੇ ਕਾਕੀ ਮੈਂ ਪਾਸ਼ਕੀ ਠੀਕ ਹੈ ਯਾਰ ਜਿੰਦਾ ਉਹਦਾ ਡੋਨ ਅਮੜੀ ਡੋਨ ਅਮੜੀ ਹੁਣ ਲਾ ਮੁੰਛੀ ਕਰਵਾਈ ਚੁੱਪ ਕਰਕੇ ਨਾ ਤੂੰ ਸਾਡਾ ਮੁੱਖ ਬਰਿਆ ਕਿਸੇ ਨੂੰ ਬਾਹਰ ਪਤਾ ਲੱਗੇ ਹਾਂ ਉਹ ਵੀ ਦੱਬੇ ਦੱਬੇ ਪਰੇ ਖਿਸਕਦਾ ਹੌਲੀ ਏਡਾ ਨਹੀਂ ਬਾਕੀ ਚੱਲ ਜਾ ਕੱਲ ਨੂੰ ਜਾਏਗਾ ਘਰੇ ਆ ਦੇ ਹਾਂ ਚੱਲ ਡਾਉਨ ਅਮਲੀ ਡਾਉਨ ਅਮਲੀ ਬਲ ਜਾ ਗਾ ਤੂੰ ਹੀ ਨਹੀਂ ਬਲਦੀ ਪਈ ਛੜੇ ਬੰਦੇ ਦੀ ਕੋਈ ਜ਼ਿੰਦਗੀ ਦਾ ਨਹੀਂ ਹੱਲ ਹੈਗਾ ਕੋਈ ਵੀ ਆਪੇ ਹੀ ਚਾਹ ਬਣਾਓ ਆਪੇ ਹੀ ਕੱਪੜੇ ਧੋਵੋ ਆ ਹੁਣ ਮਜ਼ਾ ਆਊਗਾ ਆ ਭੁੱਕੀ ਦਾ ਘੈਂਟ ਗਿਆ ਸਵਾਦ ਓਏ ਨਵਾਂ ਚਾਹ ਛਾਡਾ ਪੁਕੀ ਨਾਲ ਬਣਾਵਾਂਗੇ ਚਾਹ ਦੇ ਨਾਲ ਆ ਜਾ ਵੀ ਆ ਜਾ ਕਾਕਾ ਆ ਜਾ ਜਿੰਨਾ ਦੇਣਾ ਡੁਗੜਾ ਬਾਈ ਹਾਂਜੀ ਚਾਹ ਦੀ ਨਵਾਂ ਸਾਲ ਹਾਂਜੀ ਪੁਕੀ ਦੇ ਨਾਲ ਨਵਾਂ ਸਾਲ ਹੁਣ ਬੁੱਧ ਥਾਣੇ ਨਾਲ ਹਾਂਜੀ ਹੁਣ ਨਵਾਂ ਸਾਲ ਥਾਣੇ ਨਾਲ ਨਹੀਂ ਚਾਹ ਦੇ ਨਾਲ ਨਹੀਂ ਥਾਣੇ ਚੱਲ ਚੱਲ ਸਾਲਾ ਨਾ ਹੋਵੇ ਤਾਂ ਫਿਰ ਹੈਲੋ ਹੈਲੋ ਜਨਾਬ ਚੁੱਪ ਕਰ ਜਾ ਪਾਣੀ ਪਿਆ ਤਾਂ ਥੋੜਾ ਜਿਹਾ ਦਾਰੂ ਪੀ ਕੇ ਨਹੀਂ ਆਇਆ ਨਹੀਂ ਦਾਰੂ ਨਹੀਂ ਪੀਣ ਦਿੱਤੀ ਨੀ ਅਜੇ ਤਾਂ ਕੱਢਣ ਦੇ ਹੀ ਮਾਸਾ ਮਾਰਾ ਡਿੱਗਣ ਦਾ ਹੀ ਚੱਲ ਸਲਾਮ ਭੁੱਕੀ ਦਾ ਸ਼ਕੀਨ ਆਪ ਇੱਧਰ ਇੱਧਰ ਭੈਣ ਮੰਗ ਸਾਹਿਬ ਕੋ ਇੱਧਰ ਡਰ ਜਨਾਬ ਆਪਣੇ ਘਰ ਦੇ ਚਬਾਰੇ ਦੇ ਕੋਠਾ ਜਾ ਛੱਤਿਆ ਸੀ ਇਹਨੇ ਵਾਧਾ ਜਾ ਪਿਆ ਲੱਗ ਗਿਆ ਤੇ ਉੱਥੇ ਨਾ ਪਤੀਲੀ ਦੇ ਵਿੱਚ ਭੁੱਕੀ ਦੀ ਚਾਹ ਬਣਾਉਣ ਦਿਆ ਤੇ ਕਹਿੰਦਾ ਮੈਂ ਨਵਾਂ ਸਾਲ ਬਣਾਉਣਾ ਜਿੰਦਰਾ ਤੁਸੀਂ ਘਰੇ ਆਪਣੇ ਘਰੇ ਘਰ ਨੂੰ ਮਾਰ ਕੇ ਆ ਜਾਂਦੇ ਜਿੰਦਰਾ ਰਹਿਣ ਦੋ ਨਾ ਫਿਰ ਇੱਥੇ
हाथी कड़ना नी चुप करके खड़ जाओ जनाब जी लिखो ना ना की ना की जॉन अमली प्यो का ना प्यो का ना कसा मसिया ना लिखाओ तू तू ना बोल ठीक है जनाब बोल तू प्यो का ना की है तरीके ना अपने ले लो अपने ले लो डंडा फेरांगे नहीं तो किनो प्यो नु ओने की कीता ओने तो पैदा कीता सालिया और की कीता ओने ओ करतारा सिंह है हां जी साहब जी करतारा सिंह ओत नहीं अमली नहीं नहीं जी ओ छिड़े दा पूरा कैड बंदा वाते अच्छा जा करतारा सिंह जी लिख दो जी एहो झूठ पैदा होई ओदे घर बंद कर ओए ओ जनाब जी हां जी ओ केड़ा अपना मुखबर नहीं है क्योंकि कुत्ता एक नहीं मान ए दो बंदे चलो कर देना भाई साहब आ जेड़ा सरपंच ने कह रहा भी नवा साल तरीके ना मनाना मैनू तो पसंद पसंद नहीं नहा हेलो आज 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 मेरी गल सुनो ਤੁਸੀਂ ਨਵਾਂ ਸਾਲ ਮਨਾਉਣਾ ਨਾ ਤਰੀਕਾ ਤੁਹਾਨੂੰ ਮੈਂ ਦੱਸ ਦਿੰਦਾ ਮੈਨੂੰ ਪਤਾ ਤੁਹਾਡੇ ਕੋਲ ਤਰੀਕਾ ਹੈ ਨਹੀਂ ਤੁਸੀਂ ਤਾਂ ਬਹਾਨੇ ਜੇ ਮਾਰਦੇ ਜੇ ਫਿਰ ਕੀ ਕਰੀਏ ਹਾਂ ਤੁਸੀਂ ਨਵਾਂ ਸਾਲ ਮਨਾਉਣਾ ਨਾ ਤੁਸੀਂ ਇਦਾਂ ਕਰੋ ਵੀ ਕਿਸੇ ਤੋਂ 5-7 ਹਜ਼ਾਰ ਧਾਰਾ ਫੜ ਕੇ ਨਾ ਤੇ ਤੁਸੀਂ ਆਪਣਾ ਇੱਕ ਗਾਉਣ ਵਾਲਾ ਲਿਆਓ ਤੇ ਖਾੜਾ ਲਾਓ ਤੇ ਖਾੜੇ 'ਚ ਭੰਗੜੇ ਪਾਓ ਤੇ ਇੰਜੋਏ ਕਰੋ ਨਵਾਂ ਸਾਲ ਮਨਾਓ ਇੰਜੋਏ ਕਰੋ ਇੰਜੋਏ ਤੇ ਚੋਰ ਕਰੂ ਜਿਹੜਾ ਸਾਡਾ ਮੋਬਾਈਲ ਲੈ ਗਿਆ ਇੰਜੋਏ ਤੁਸੀਂ ਤੇ ਮਨਾਓ ਨਵਾਂ ਸਾਲ ਸਾਨੂੰ ਪਤਾ ਕਿੱਦਾਂ ਨਵਾਂ ਸਾਲ ਮਨਾਉਣਾ ਵਾ ਅਸੀਂ ਆਪੇ ਮਨਾ ਲਾਂਗੇ ਅੱਛੇ ਹਾਂ ਵੱਡਾ ਸਮਝਾਉਣ ਦੇ ਓ ਹਾਈਓ ਹੈ ਕਾਦਾ ਕੀ ਗਿਟਕੂ ਜਿਆ ਸਾਡਾ ਨੁਕਸਾਨ ਹੋ ਗਿਆ ਤੈਨੂੰ ਨਵੇਂ ਸਾਲ ਦੀ ਪਈ ਆ ਅੱਛਾ ਤੂੰ ਨਹੀਂ ਮਨਾਉਣਾ ਨਵਾਂ ਸਾਲ ਓ ਅਸੀਂ ਮਨਾਉਣਾ ਨਵਾਂ ਸਾਲ ਮਨਾਵਾਂਗੇ ਹਾਂ ਅੱਛੇ ਹਾਂ ਕਿੱਦਾਂ ਮਨਾਉਣਾ ਸਾਡੇ ਵੱਡਿਆਂ ਨੇ ਜਿੱਦਾਂ ਦੱਸਿਆ ਜਿੱਦਾਂ ਸਾਡੇ ਬਾਪੂ ਜੀ ਨੇ ਦੱਸਿਆ ਅਸੀਂ ਉਦਾਂ ਮਨਾਉਣਾ ਬਾਪੂ ਤੁਹਾਡਾ ਕੀ ਕਹਿੰਦਾ ਸੀ ਓਏ ਬਾਪੂ ਸਾਡਾ ਕਹਿੰਦਾ ਸੀ ਵੀ ਸਵੇਰੇ ਉੱਠਣਾ ਵਾ ਅੰਮ੍ਰਿਤ ਵੇਲੇ ਇਸ਼ਨਾਨ ਪਾਣੀ ਕਰਕੇ ਗੁਰਦੁਆਰਾ ਸਾਹਿਬ ਜਾ ਕੇ ਦਰਸ਼ਨ ਕਰਕੇ ਸਰਬੱਤ ਦਾ ਭਲਾ ਮੰਗਣਾ ਇਦਾਂ ਮਨਾਵਾਂਗੇ ਨਵਾਂ ਸਾਲ ਤੇ ਇਹ ਤਾਂ ਅਸੀਂ ਰੋਜ਼ ਕਰਦੇ ਰਹਿੰਦੇ ਤੇ ਤੂੰ ਸਾਲ ਬਾਅਦ ਤੇ ਦੇਣ ਆਉਂਦਾ ਉਹ ਵੀ ਤੂੰ ਇਦਾਂ ਨੰਗਾ ਜੋ ਹਾਂ ਉਹ ਜਾ ਯਾਰ ਮੈਂ ਮਰ ਜਾਂਦਾ ਇਹਦੇ ਨਾਲ ਸਿਰ ਨਹੀਂ ਖਪਾਉਣਾ ਅੱਜ ਮੇਰੀ ਗੱਲ ਸੁਣੋ ਕਾਲੇ ਨਾ ਪਾਓ ਮੈਂ ਤੁਹਾਨੂੰ ਤਰੀਕਾ ਦੱਸਦਾ ਮੋਬਾਈਲ ਗਵਾਚਿਆ ਨਾ ਮੋਬਾਈਲ ਗਵਾਚਾ ਤੁਸੀਂ ਨਾ ਥਾਣੇ ਜਾਓ ਆਹ ਗੱਲ ਸਹੀ ਗਈ ਹਾਂ ਕੋਈ ਚੀਜ਼ ਤੇ ਸਮਝ ਲੱਗੀ ਤੈਨੂੰ ਹਾਂ ਥਾਣੇ ਜਾਓ ਉੱਥੇ ਰਿਪੋਰਟ ਲਿਖਾਓ ਸਾਹਿਬ ਮੇਰਾ ਫੋਨ ਚੋਰੀ ਹੋ ਗਿਆ चल ठीक है चल आप तैयार हो ये चलिए थाने चलो जी नवा साल मनाना किस तरीके ना करो हाँ ले लो ओ जनाब जी हाँ जी ओ बड़ा फोलिया जनाब सारे बंदे ओ घर भी है नहीं ते बुआ भी बंद ही मिलिया नहीं नहीं जनाब ओ ना मेरे रादा भी अपन थोड़ा जा ना हटके जाना पैना सख्त कार्रवाई क्योंकि ओ थोड़ा जा मतलब तेज है अच्छा मैं पिंडा तो पता किया ਕਹਿੰਦੇ ਵੀ ਉਹਨੂੰ ਪਤਾ ਲੱਗ ਗਿਆ ਪਿੰਡ 'ਚ ਪੁਲਿਸ ਫਿਰਦੀ ਆ ਅੱਛਾ ਪਿੰਡ ਤੋਂ ਬਾਹਰ ਹੋਇਆ ਐਂ ਤਾਂ ਨਹੀਂ ਚੱਲਣਾ ਅਤੇ ਜਨਾਬ ਜੀ ਕੋਈ ਗੱਲ ਨਹੀਂ ਅਸੀਂ ਸਖਤ ਕਾਰਵਾਈ ਕਰਨੀ ਪੈਣੀ ਕਰਦੇ ਹਾਂ ਜਨਾਬ ਜੀ 4 ਘੰਟੇ ਬਾਅਦ ਫਿਰ ਮਾਰਦੇ ਕਿਹੜਾ ਜਨਾਬ ਜੀ ਮੇਰੀ ਲਾਜੋ ਨਹੀਂ ਮਿਲੀ ਤੁਹਾਨੂੰ ਰੱਖ ਚੋਬੇ ਸਤਿ ਸ਼੍ਰੀ ਅਕਾਲ ਜੀ ਜਨਾਬ ਸਾਡਾ ਮੋਬਾਈਲ ਘਵਾ ਗਿਆ ਮੁੰਛੀ ਨਾ ਕੋਲ
ਮੁੰਚੀ ਸਾਹਿਬ ਸਾਡਾ ਮੋਬਾਈਲ ਗਵਾ ਗਿਆ। ਉਹ ਮੈਂ ਗਵਾਇਆ ਵਾ ਟੂਲ ਤੇ ਬਹੁਤ ਬੂ ਇੱਥੇ ਗੱਲ ਕਰੋ ਚੱਜ ਨਾਲ। ਓ ਇੱਧਰ ਨੂੰ ਮਰੋ ਇੱਥੇ ਬੈ ਜਿਹੜਾ ਮੈਨੂੰ ਤੁਸੀਂ ਭੌਂਦਾ ਜੇ ਇਹ ਬੈਠਿਆ ਰਕੇ ਤਾਂ ਅੱਗੇ ਹੀ ਆ ਓਏ ਇੱਥੇ ਬੈ ਪਾਸੇ ਮੜੇ ਹਾਂ ਹੋਰ ਪਸੋ ਪਰ ਪਛਾਉ ਮੈਂ ਜਨਾਬ ਨਾਲ ਗੱਲ ਕਰਨੀ ਦੀ ਹੈ ਇਹ ਵਾਲੀ ਘੋੜਾ ਕਿ ਨੁੱਕੜ ਮੱਲੀ ਆਵੇ ਨਾ ਓਏ ਤੂੰ ਚੁੱਪ ਕਰ ਜੇ ਰਿਪੋਰਟ ਲਾਉਂਦੇ ਸਾਰਿਆਂ ਤੈਨੂੰ ਪਤਾ ਨਹੀਂ ਲੱਗਾ ਉਹ ਜਨਾਬ ਸਾਹਮਣੇ ਵੇਖਣ ਕਿ ਟਰਾਂਸਮਿਟਰ ਦੂਰੋਂ ਕਰੰਟ ਫੜਦੇ ਇੱਕ ਦੂਜੇ ਨੂੰ ਵੇਖ ਕੇ ਠੀਕ ਹੈ ਠੀਕ ਹਾਂ ਵਾਇਰਲੈਸ ਵਾਲੇ ਨਾ ਫੁੱਲ ਸਾਲੇ ਆ ਬੋਲੋ ਮੋਬਾਈਲ ਗਵਾ ਗਿਆ ਸਾਡਾ ਤਾਂ ਹੀ ਚੁੱਕਿਆ ਹਾਂ ਅਰ ਜੋਏ ਤੁਹਾਡੇ ਨਾਲ ਗੱਲ ਕਰਦਾ ਅੱਛਾ ਮੋਬਾਈਲ ਗਵਾ ਗਿਆ ਕਿਹਦਾ ਕਿਹਦਾ ਗਵਾਚਾ ਉਹ ਮੋਬਾਈਲ ਜਨਾਬ ਉਹ ਉੱਚੀ ਬੋਲ ਉੱਚੀ ਬੋਲ ਉਹ ਜਨਾਬ ਮੋਬਾਈਲ ਘਰੇ ਪਿਆ ਸੀ ਘਰੋਂ ਲੈ ਗਿਆ ਕੋਈ ਵਰੇ ਵਰੇ ਦਾ ਦੇਣਿਆ ਸਾਡਾ ਮੋਬਾਈਲ ਗਵਾ ਗਿਆ ਤੁਹਾਡੇ ਘਰੇ ਹਾਂ ਘਰੋਂ ਚੋਰ ਲੈ ਗਿਆ ਘਰੋਂ ਲੈ ਗਿਆ ਜੀ ਤੁਸੀਂ ਕਿੱਥੇ ਹੋ ਓਏ ਨਹਾਉਂਦਿਆ ਸੀ ਤੇ ਮੈਂ ਸੌਦਾ ਲੈਣ ਗਿਆ ਹਾਂ ਦੁਕਾਨ ਤੇ ਓਹੋ ਕਿੰਨਾ ਕਿਨੇ ਨਹਾਉਣਾ ਤੇ ਕਿੰਨਾ ਤੂੰ ਸੌਦਾ ਲੈਣਾ ਅੰਦਰ ਕਰ ਓਏ ਇਹਨਾਂ ਨੂੰ ਸਾਰੇ ਘਰ ਦਾ ਸਮਾਨ ਲੈਣ ਗਿਆ ਸਾਰਾ ਹੀ ਸਾਰੇ ਘਰ ਦਾ ਇੱਕ ਹੀ ਖਾ ਗਏ ਤੁਸੀਂ ਓ ਜਨਾਬ ਦੋ ਦੇ ਮੱਗੇ ਪਾਣੀ ਦੇ ਪਾਏ ਉਹਨੇ ਨੂੰ ਮੋਬਾਈਲ ਹੀ ਗਾਇਬ ਹੋ ਗਿਆ ਤੇਰੇ ਤੇ ਪੈਣਾ ਹੀ ਦੋ ਹੀ ਜਾਦੀ ਪਾਰਟੀ ਪਾਈਆਂ ਦੀ ਡੁੱਬ ਕੇ ਮਰ ਜਾਣਾ ਹੈ ਕੌਥਨ ਮੇਰੀ ਮੋਬਾਈਲ ਕਿਹੜਾ ਤੇਰਾ ਜਨਾਬ ਜਾ ਜਿਹੜਾ ਘਰ ਚ ਟੱਪ ਨਹੀਂ ਹੁੰਦਾ ਟੱਪ ਟੱਪ ਜਿਹੜਾ ਘਰ ਦੇ ਵਿੱਚ ਹੁੰਦਾ ਉਹ ਇਹਨਾਂ ਨੂੰ ਖੂਹ ਲੱਗਦਾ ਹੋਣਾ ਜਨਾਬ ਪੈਸੇ ਤੁਸੀਂ ਦਿੱਤੇ ਤੇ ਓਪੋ ਵਾਲਿਆਂ ਨੇ ਦਿੱਤੇ ਸੀ ਓਪੋ ਫੋਨ ਜਨਾਬ ਜੀ ਪਿੰਨ ਦਿਓ ਜੀ ਪਿੰਨ ਮੇਰਾ ਗਵਾ ਗਿਆ ਜੀ ਜਨਾਬ ਤੋਂ ਪਿੰਨ ਨਹੀਂ ਹੋਇਆ ਮੇਰਾ ਤਾਂ ਆਪਣਾ ਪਿੰਨ ਚੋਰੀ ਹੋ ਗਿਆ ਅੱਛਾ ਕੀ ਨਾਂ ਤੁਹਾਡਾ ਨਿਹਾਲਾ ਤੇ ਦਿਆਲਾ ਅੱਛਾ ਨਿਹਾਲਾ ਤੇ ਦਿਆਲਾ ਨਹੀਂ ਨਿਹਾਲਾ ਤੇ ਦਿਆਲਾ ਆਹੋ ਨਿਹਾਲਾ ਤੇ ਦਿਆਲਾ ਨਿਹਾਲਾ ਤੇ ਦਿਆਲਾ ਉਹ ਸਾਰੇ ਫੋਨ ਗਵਾਚਾ ਕੀਦਾ ਵਾ ਨਾ ਕੀ ਜਿਹਦਾ ਗਵਾਚਾ ਦਾ ਨਾਂ ਕੀ ਆ ਦਿਆਲਾ ਇਕੱਲਾ ਦਿਆਲਾ ਭੌਂਕੋ ਨਿਹਾਲਾ ਕੀ ਲੋੜ ਬੋਲਣ ਦੀ ਡੈਡੀ ਦਾ ਨਾਂ ਪੁੱਛ ਨਹੀਂ ਹੁੰਦੇ ਨਾ ਦਿਆਲਾ ਸਨ ਆਫ ਹੋ ਸਨ ਆਫ ਹੀਰਾ ਸਿੰਘ ਹੀਰਾ ਸਿੰਘ ਨਿਹਾਲਾ ਦਿਆਲਾ 88 ਜੀ ਉੱਠਾ ਜੇ ਤੁਸੀਂ ਓ ਹੀਰੇ ਦੇ ਪੁੱਤਰ ਜੇ ਤੁਸੀਂ ਅੱਛਾ ਫੋਨ ਆਪੋ ਓਪੋ ਦਾ ਓਪੋ ਦਾ ਫੋਨ ਕਰੋਂ ਗਵਾਚਾ ਹਾਂਜੀ ਜਨਾਬ ਤੇ ਨਾਉਣ ਕੌਣ ਦਿਆ ਸੀ ਮੈਂ ਨਾਉਣ ਦਿਆ ਜਨਾਬ ਉਹ ਨਾ ਕੌਣ ਨਿਹਾਲਾ ਨਾਉਣ ਕਿ ਦਿਆਲਾ ਨਾਉਂਦਾ ਸੀ ਦਿਆਲਾ ਨਾਉਂਦਾ ਸੀ ਤੇ ਨਿਹਾਲਾ ਸੌਦਾ ਲੈਣ ਗਿਆ ਹਾਂ ਮੈਂ ਤੂੰ ਸੌਦਾ ਲੈਣ ਗਿਆ ਹਾਂ ਖੋਤਾ ਲੈਣ ਗਿਆ ਹਾਂ ਲੈਣ ਗਿਆ ਵਾ ਤੇ ਮਗਰੋਂ ਫੋਨ ਗੇਟ ਜਿਹੜੇ ਬੂਹਾ ਖੁੱਲ੍ਹਾ ਚੜ੍ਹ ਗਿਆ ਅੱਛਾ ਤੁਸੀਂ ਚੱਲੋ ਅਤੇ ਫੋਨ ਦਾ ਤਾਂ ਮੈਨੂੰ ਇੱਕ ਡੱਬਾ ਡੱਬਾ ਜਿਹੜਾ ਕਹੋ ਕੇ ਖਵਾ ਦਾਂਗੇ ਲੱਭ ਦਾ ਮੋਬਾਈਲ ਸਾਡਾ ਓਏ ਸੌ ਓਏ ਮੂਰਖੋ ਓਏ ਮੈਂ ਮੋਬਾਈਲ ਦਾ ਡੱਬਾ ਕਹਿੰਦਾ ਖਾਣ ਦਾ ਡੱਬਾ ਨਹੀਂ ਕਹਿੰਦਾ ਉੱਤੇ EMI ਦਾ ਨੰਬਰ ਹੁੰਦਾ ਵਾ ਉਹ ਮੈਨੂੰ ਲੈ ਕੇ ਦਿਓ ਅਤੇ ਫਿਰ ਆਪਾਂ ਤੁਹਾਡਾ ਲਾਵਾਂਗੇ ਟਰੇਸ 'ਤੇ ਬੋਲਿਆ ਕਿਦਾਂ ਪਤਾ ਗੱਲ ਕੀ ਆ ਚੋਰ ਤੁਸੀਂ ਉਹਨੂੰ ਦਿੰਦੇ ਫੜਾ ਹਾਂਜੀ ਜਨਾਬ ਵੇਖੋ ਜੀ ਅਸੀਂ 3 ਦਿਨ ਉਹਨਾਂ ਨੂੰ ਰੱਖਣਾ ਵਾ 24 ਘੰਟੇ 'ਚ ਕਸਟਡੀ 'ਚ ਉਸ ਤੋਂ ਬਾਅਦ ਅਸੀਂ ਭੇਜ ਦੇਣਾ ਜੇਲ੍ਹ 'ਚ ਜੀ ਜੇਲ੍ਹ 'ਚ 7 ਦਿਨਾਂ ਬਾਅਦ ਚੋਰ ਦੀ ਜ਼ਮਾਨਤ ਆ ਉਹ ਜ਼ਮਾਨਤ 'ਤੇ ਫਿਰ ਉਹ ਬਾਹਰ ਆ ਜਾਂਦੇ ਆ ਤੁਸੀਂ ਸਾਨੂੰ ਕਹਿ ਦਿੰਦੇ ਜੀ ਜਿਹੜਾ ਬੰਦਾ ਅਸੀਂ ਫੜਦੇ ਹਾਂ ਨਾ ਉਹ 'ਤੇ ਪਰਚਾ ਕਰਕੇ ਅਸੀਂ ਇਹਨੂੰ ਜੇਲ੍ਹ 'ਚ ਭੇਜਦੇ ਹਾਂ ਹੁਣ ਉਹਨਾਂ ਦੇ ਰਿਸ਼ਤੇਦਾਰ ਜ਼ਮਾਨਤ ਲਾ ਦਿੰਦੇ ਆ ਅਤੇ 7 ਦਿਨਾਂ ਦੀ ਸਾਡੀ ਜ਼ਮਾਨਤ 'ਤੇ ਜੀ 7 ਦਿਨਾਂ ਬਾਅਦ ਫਿਰ ਤੁਰੇ ਫਿਰਦੇ ਤੁਸੀਂ ਕਿੰਨੇ ਪੁਲਿਸ ਨੇ ਛੱਡਤੇ ਉਹ ਪੁਲਿਸ ਆਪਣੀ ਕਾਰਵਾਈ ਕਰਦੀ ਆ ਪੁਲਿਸ ਆਪਣੀ ਕਾਰਵਾਈ ਕਰਦੀ ਹੈ ਸਾਡੀ ਕਾਰਵਾਈ ਦੀ ਵੀ ਇੱਥੋਂ ਫੜ ਕੇ ਬੰਦਾ ਜੇਲ੍ਹ ਤੱਕ ਖੜਨਾ ਜੇਲ੍ਹ ਤੋਂ ਬਾਅਦ ਕਾਨੂੰਨੀ ਕਾਰਵਾਈ ਅੱਗੋਂ ਕੋਰਟ ਦੀ ਚੱਲਦੀ ਆ ਹੁਣ ਕੋਰਟ ਦੇ ਵਿੱਚੋਂ ਜ਼ਮਾਨਤ ਲਾ ਕੇ ਬਾਹਰ ਤੁਰੇ ਫਿਰਦੇ ਰਹਿੰਦੇ ਆ ਆਹ ਤੁਹਾਡੇ ਵਰਗੀਆਂ ਚੌਲਾਂ ਜ਼ਮਾਨਤ ਦੇ ਦਿੰਦੀਆਂ ਵਾ ਅਤੇ ਮੁੜ ਕੇ ਸਾਨੂੰ ਕਹਿ ਦਿੰਦੀਆਂ ਆ ਕੇ ਤੁਸੀਂ ਛੱਡਦੇ ਤੁਹਾਡੇ ਵਰਗੀਆਂ ਕਿਹਾ ਤੁਸੀਂ ਨਹੀਂ ਗਿਆ ਮੈਂ ਲੱਭ ਜੂ ਜਾਓ ਯਾਰ ਜਨਾਬ ਆ ਜਿਹੜੀ ਜ਼ਬਾਨ ਹੈ ਕਿਤੇ ਵੱਡੀ ਹੈ ਕਿਸੇ ਜਿਹੜੀ ਕਰ ਦਿੰਦੀ ਆਉਂਦੇ ਬੰਦੇ ਨੂੰ ਬਾਹਰ ਕਰ ਦਿੰਦੀ ਜ਼ਬਾਨ ਕੀ ਚੀਜ਼ ਹੁੰਦੀ ਆ ਜਵਾਨ 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 ਜ
ਜਮਾਨਤ ਕਹਿੰਦਾ ਵੀ ਧਾਰ ਲੜੀਆਂ ਚਵਲਾਂ ਜਮਾਨਤ ਦੇ ਦਿੰਦੀਆਂ। ਅੱਛਾ ਜੀ ਸਾਹਿਬ ਜੀ ਫਿਰ ਚਵਲ ਦੇ ਨਾ ਕੋਈ ਛੱਡ। ਇਹ ਉਹਨਾਂ ਨੂੰ ਕਿਹਾ ਵਾ ਤੁਸੀਂ ਤਾਂ ਝੂਠਾ ਜੇ। ਅੱਛਾ ਫਿਰ ਠੀਕ ਆ। ਆ ਬੱਲੇ 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 ਹਾਏ 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 ਛਾਣ ਨੂੰ ਮੈਂ ਜਾਂਦਾ ਪਾਲੇ ਬੰਨੇ। ਅੱਪ ਜੀ ਆ ਬਾਈ ਉਹ ਗਾਛਣ ਮੇਰੀ ਜਿਹੜਾ ਸਰਪੰਚ ਨੇ ਕਿਹਾ ਸੱਥ 'ਚ ਤੂੰ ਵੀ ਉਦੋਂ ਬੈਠਾ ਹੈ। ਹਾਂ ਹਾਂ ਨਵਾਂ ਸਾਲ ਮਨਾ ਰਿਹਾ ਫਿਰ। ਤੁਸੀਂ ਸਾਨੂੰ ਦੱਸ ਦਿਓ ਕਿੱਦਾਂ ਮਨਾਉਣਾ, ਮਲਾਲਮਾ ਗਿਆ ਸੀ ਤੇ ਤੈਨੂੰ ਆਪ ਨੂੰ ਨਹੀਂ ਪਤਾ ਕਿੱਦਾਂ ਮਨਾਉਣਾ। ਨਹੀਂ ਬਾਈ ਨਹੀਂ, ਸਲਾਹ ਤੈਨੂੰ ਮੈਂ ਦੱਸ ਦਿੰਦਾ, ਤਰੀਕਾ ਮੇਰੇ ਕੋਲ ਆ। ਦੱਸ ਦਿਓ ਫਿਰ। ਤੂੰ ਨਾ ਇੱਦਾਂ ਕਰ, ਭੰਗ ਮਾਲ ਅੱਛਾ ਉਹਦੀਆਂ ਗੋਲੀਆਂ ਵੱਟ। ਅੱਛਾ ਗੋਲੀਆਂ ਵੱਟ ਕੇ ਨਾਲੇ ਖਾ ਨਾਲੇ ਵੇਚ। ਅੱਛਾ ਇਹ ਵੀ ਉਦਾਂ ਸਹੀ ਆ, ਪਰਲੇ ਬੰਨੇ ਭੰਗ ਬੜੀ ਲੱਗੀ ਆ। ਮੈਂ ਇਹ ਘਰੇ ਛੱਡ ਕੇ ਹੁਣੇ ਜਾਂਦਾ ਮਲਣ। ਮੈਂ ਨਾ ਲੱਗ ਜਾ ਕੰਮ ਤੇ। ਮੈਂ ਬਸ ਚੱਲਾ, ਤੁਸੀਂ ਨਿਕਲ ਜਾ ਨਿਕਲ ਜਾ ਨਿਕਲ ਜਾ। ਆਇਓ ਇਹ ਵੀ ਚੜਤਾ ਪਾ ਗੱਡੀ, ਚੱਲ ਬਈ ਪਿਛਣਿਆ ਅਗਲੇ ਬੰਨੇ ਚੱਲ। ਮੁੰਸ਼ੀ ਛਾਜੀ ਫਿਰ ਆ ਗਿਆ। ਚਲੋ ਠੀਕ ਆ ਜੀ, ਚੰਗੀ ਕੀਤਾ ਉਹਨੂੰ ਪਟਾ ਪੁਟਾ ਫੇਰੋ। ਇੱਕ ਬੰਦਾ ਫੇਰ ਫੜਨ ਗਿਆ ਗੱਡੀ ਆ ਗਈ ਨਾ, ਵੱਡੇ ਜਨਾਬ ਹੁਣੀ ਆ ਗਏ। ਵੱਡੇ ਜਨਾਬ ਆ ਰਹੇ ਸਰ, ਮੇਰੀ ਫੋਟੋ ਕਰਾ ਜਾ ਵੱਡੇ ਜਨਾਬ ਨਾਲ। ਸਰ ਮੈਂ ਬੜਾ ਵੱਡਾ ਪਾਸ਼ਕ ਹਾਂ, ਸਰ ਮੈਂ ਕਰੂਨ ਦਾ ਪਾਸ਼ਕ ਹਾਂ। ਹੋਲੀ ਓਏ ਹੋਲੀ, ਸਰ ਮੈਂ ਕਰੂਨ ਦਾ ਪਾਸ਼ਕ ਹਾਂ। ਪਤਾ ਸਾਨੂੰ ਇੱਕ ਗੁਰਦਾਸ ਮਾਨ ਦੇ ਬੱਬੂ ਮਾਨ ਨਹੀਂ ਆਉਂਦੇ ਤੇਰੀ ਫੋਟੋ ਕਰਾਵਾਂ, ਸਾਡੇ ਜਨਾਬ ਵੀ ਆ ਰਹੇ ਆ। ਅੱਛਾ ਠੀਕ ਹੈ ਜੀ, ਜਿਵੇਂ ਆਇਆ ਹੌਲੀ ਹੌਲੀ ਨਿਕਲ ਜਾ ਹੁਣ। ਹੈ ਜਾਵਾਂ ਜਾ, ਆਇਆ ਕਿਧਰੇ ਆ, ਜਿਵੇਂ ਆਇਆ ਉਹ ਜਾਵਾਂ। ਓਏ ਆਇਆ ਕਿਧਰ, ਕੰਮ ਕੀ ਸੀ? ਉਹ ਅੰਮੜੀ ਫੜਾਉਣਾ ਸੀ। ਉਹ ਤੇ ਫਲਿਆ ਕਾ। ਅੱਛਾ ਫਲਿਆ, ਹਾਂ ਬਿਲਕੁਲ। ਕਿਹੜੇ ਕਾ? ਹਾਂ ਹਾਂ ਪੱਪੇ ਨਾ ਲਿਖਿਓ। ਹਾਂ ਪੱਪੇ ਨਾ ਲਿਖਿਓ। ਸਾਡਾ ਪਿੰਡ ਨੀ ਬਚੜੇ ਉਹਦੀ ਫਿਰਨੀ ਦੇ ਬਾੜ ਬਾੜ ਬਾਹਰ ਬਾਹਰ ਬਾਬਾ ਬੂਟੀ ਬਾਟੀ ਪਹੁੰਚ ਗਿਆ ਤੂੰ ਉਹਦੇ। ਠੀਕ ਹੈ, ਉੱਥੇ ਆ। ਠੀਕ ਹੈ ਜੀ, ਚੰਗਾ ਸਾਹਿਬ ਚਲੋ। ਹਾਂਜੀ ਜਨਾਬ ਸਰਕਾਰ ਲਾਉਣੇ ਜਨਾਬ ਹੋਣੀ, ਬਸ ਪੈਸੇ ਲੈਣ ਗਏ। ਤੇਰਾ ਕੰਮ ਜ਼ਰੂਰ ਕਰਾਂਗੇ। ਠੀਕ ਹੈ ਬਿਲਕੁਲ, ਜਿੱਦਾਂ ਆਇਆ ਉਦਾਂ ਹੀ ਜਾ। ਅੱਛਾ ਜਿੱਦਾਂ ਆਇਆ ਉਦਾਂ ਹੀ ਜਾਣਾ। ਹਾਂ ਨਵਾਂ ਛਾਲ ਬਣਾਵਾਂਗੇ ਬੂਟੀ ਦੇ ਨਾਲ, ਦੋ ਤਿੰਨ ਗੋਲੀਆਂ ਨਾਲ ਦੇ ਪਿੰਡ ਵੇਚ ਕੇ ਆਉਂਦਾ ਸ਼ਾਮ ਨੂੰ ਜਾ ਕੇ। ਆ ਜਾ ਆ ਜਾ ਆ ਜਾ, ਸ਼ਾਮਾਂ ਨੂੰ ਕੀ ਪੁੱਤ ਤੇਰੇ ਹੁਣੇ ਪਕਾਉਣੇ ਤੇਰੀਆਂ ਗੋਲੀਆਂ ਤੁਸੀਂ ਵੀ ਲੈਣੀ? ਮੈਂ ਨੀ ਲਈ ਪੁੱਤ, ਇਹ ਕੀ ਹੋ ਰਿਹਾ ਸੀ? ਬਸ ਜੀ ਜਨਾਬ ਮੈਂ ਤਾਂ ਪੱਤੇ ਸਾਫ ਕਰ ਰਿਹਾ ਸੀਗਾ। ਕਰਦਾ ਤੇਰੇ ਪੱਤੇ ਸਾਫ, ਚੱਲ ਫਿਰ ਜਨਾਬ। ਜਨਾਬ ਵੀ ਸਾਫ ਹੋਣ ਵਾਲਾ ਜਨਾਬ, ਚੱਲ। ਹਲੋ ਜਨਾਬ, ਜਨਾਬ ਸਿੱਧਾ 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 ਜਨਾਬ ਜੀ, ਇਹ ਉਹੀ ਉਹੀ ਮੌਕੇ ਦੇ ਬੂਟੀਆਂ ਐਂ ਕਰਕੇ ਮੰਨਦੇ। ਉਹ ਮੈਂ ਬੂਟੀ ਥੋੜੀ ਮਲਣ ਡਿਆ ਸੀ, ਪੱਤਿਆਂ ਤੋਂ ਮਿੱਟੀ ਲਾਉਣ ਡਿਆ ਸੀਗਾ। ਅੱਛਾ ਜਨਾਬ ਜੀ, ਲੋਕ ਭਲਾਈ ਦੇ ਕੰਮ, ਪੱਤਿਆਂ ਤੋਂ ਮਿੱਟੀ ਲਾਉਣ ਵਾਲਾ ਕੰਮ, ਇਹਦੀ ਜਨਾਬ ਜੀ ਮਿੱਟੀ ਆਪਾਂ ਲਾਉਂਦੇ ਹਾਂ, ਅਸੀਂ ਤੇ ਵੀ ਥੋੜੀ ਮਿੱਟੀ ਪਾਈ ਆ, ਉਹ ਝਾੜਦੇ ਹਾਂ। ਤੂੰ ਮੈਨੂੰ ਜਾਣਦਾ ਨੀ, ਤੂੰ ਕਿੰਨਾ ਪੰਗਾ ਲਿਆ ਆ, ਇਹਦੀ ਤਾਂ ਝਾੜੋ। ਚੜ ਮੈਨੂੰ ਜਿਹੜੇ ਦੋ ਫੜੇ ਉਹਨਾਂ ਦਾ ਕੀ ਕਸੂਰ ਆ? ਉਹ ਤੇਰਾ ਸਾਲਿਆ,
नशेड़ियो नवा साल कि तरीके मना जनाब देखो हूँ तो नहीं कोई रह गया जनाब जी अजे पे है दो अच्छा और तू सारा कड़े पत्ते तो मिट्टी झाड़ दिया बूटे चो मिट्टी झाड़ दिया इन्होंने मैनू चाके अंदर करता तू सारा अंदर की लड़ गया आ गया मुंशिया फिर यार की करना है उपाशे किधर जाई है ना इतने बह बहना नहीं है हाँ और की करना है बह गया तो लोगों को पता लगना मैं क्या डबल था मैं अच्छा और की करना है हाँ फड़ ले चीज़ भी फड़ ले सारे काम कर ले तेरे कहने ते हर काम कर लिया उस सानू पूछ दे यार की एक किधर मुदा ते आई क्या भी वो सहन करना मुदा हाँ उन्हें कहे कि पर्चा पे आया जो यहाँ जी डिपार्ट नो जा पर्चा झूठा मूठा क्या अच्छा झूठा मूठा क्या कोई दियो मेनू मेरे और तीन बंदे हो गए 3000 रुपया मेरा वाट दे पिया वा यार कानून दा पास की है पास के ना अगर कानून दी माने ना कानून नो जदे ना अंदर जाऊगा जेल जानगे ओ तो बाद में ना मिलदा ए जोड़ी गल दी तटेगा जो पहला सीधा हो के इथे खड़ सीधी हो के गल का जेड़ा करना हद होगी कितना हो गया 3000 मिल जूगा दे जाओगे ना हां मैं जावा चलो उन्हें पैरी जनाब ए पिंड च बड़ा तगड़ा हरामी है ये लोग मझा चोरी करके वेच के झोटा ही बन हों शराब कट के पी लेनी माड़ी जी चंगी गल बुढ़िया बनी जाते मैं तेल जूठा फड़िया घोड़े वेच के सुता जितना स्वर्ग च पिया हुंदा मैं घरे तू सौन नहीं देनी ते इत्थे मैं बंदा सोवे सुतरी लत्ता खिचदी है ना चल कर इतने आई है रिपोर्ट दारू कड़न का परचा दर्ज होया जो जमान जमूनत क्यों लाभ तो बंद जमानत करा के लै जाओ चलो इदा नहीं छड़ देंगे फरमाइशा नहीं पाउंदी किसी दिन घर शराबा कड़ फरमाइशा जनाब मैं इतने ठीक हाँ वो घर लो जा लो इतने वधिया सुनो याद लगे जनाब बिलकुल नहीं पता नवे साल आला दिन की कारे करते फिर घर ने आपका सारा सिस्टम लाया हो
ਇੱਕ ਤੁਹਾਡਾ ਬੰਦਾ ਸ਼ਰਾਬ ਕੱਢਦਾ ਫੜਿਆ ਗਿਆ ਜਨਾਬ ਜੀ। ਤੁਸੀਂ ਬਹੁਤ ਵਾਰ ਪਿੰਡ ਦੇ ਬੰਦੇ ਜੇ ਸਿਆਣੇ ਜੇ, ਤੁਸੀਂ ਥਾਣੇ ਆਉਂਦੇ ਜੇ ਬੜੇ, ਤੁਸੀਂ ਰਾਜੀਨਾਮੇ ਕਰਾਏ ਆ, ਪਰ ਆਹ ਤਿੰਨ ਚਾਰ ਪਿੰਡ ਦੀਆਂ ਜੂਠਾ ਇਹ ਸੁਧਾਰ ਕੇ ਰੱਖੋ ਮਾੜੀ ਜੀ। ਆਪਦੇ ਕੋਠੇ ਤੇ ਹੀ ਆਪਦੀ ਕੱਢ ਕੇ ਆਪੇ ਪੀ ਲੈਂਦਾ, ਉੱਤੋਂ ਦੇਣ ਦਿਆ ਰਿਹਾ ਤੇ ਇਹਨਾਂ ਨੂੰ ਛੱਡੋ ਤੁਸੀਂ। ਅਸਲ ਦੇ ਵਿੱਚ ਗੱਲ ਪਤਾ ਕੀ ਆ, ਮੈਂ ਤੁਹਾਨੂੰ ਦੱਸਦਾ ਜਿਹੜਾ ਇਹਨਾਂ ਦਾ ਮੁਖੀ ਆ। ਅੱਛਾ, ਮੁਨਸ਼ੀ ਇਹਦੇ ਨਾਲ ਵੀ ਕਾਰਵਾਈ ਕਰਨੀ ਤੇ ਇਹਨਾਂ ਨੂੰ ਤੁਸੀਂ ਛੱਡੋ, ਇਹਨਾਂ ਦਾ ਜ਼ਿੰਮੇਵਾਰ ਮੈਂ ਆ ਤੇ ਉਹਨੂੰ ਫੜੋ ਤੁਸੀਂ। ਪੱਕਾ ਤੁਸੀਂ ਜ਼ਿੰਮੇਵਾਰ ਆ? ਬਿਲਕੁਲ। ਲਓ ਜੀ ਠੀਕ ਆ। ਆ ਜਨਾਬ ਭਾਜੀ, ਆ ਕੱਢੋ ਇਹਨਾਂ ਨੂੰ ਬਾਹਰ, ਆ ਕਰੋ ਸਾਈਨ ਕਰ ਦਿਓ ਇੱਥੇ। ਆ ਕਬੀਰਾ ਆ, ਇੱਕ ਪਿੱਡੀ ਭਾ ਜੇ ਤੇ ਇੱਕ ਡਾਊਨ ਅਮਰੀ, ਠੀਕ ਆ ਜੀ। ਆ ਸਾਈਨ ਕਰ ਦਿਓ। ਚਲੋ ਓਏ ਯੋਧਿਆ, ਚੱਲ ਚੱਲੀਏ ਯਾਰ ਆਪਾਂ ਪਿੰਡ 'ਚ ਵੀ ਗਏ। ਬਸ ਕਰੋ ਨਾ ਜੀ, ਤੁਸੀਂ ਬੈਠੋ ਜੀ। ਓਏ ਆ ਜਾਓ ਆ ਜਾਓ ਆ ਜਾਓ ਹੁਣ। ਚਲੋ 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 ਚਲੋ, ਤੁਹਾਨੂੰ ਉਹ ਅੰਗੂਠਾ ਲਾ ਤਾ ਸਾਨ ਕਰਤੇ ਸਾਲਾ ਅੰਗੂਠੇ। ਚੱਲ ਆਪ ਲਾ ਜਾ ਬਾਜੀ ਇਹਨਾਂ ਨੂੰ ਕਿੱਥੇ ਲਾਈ ਐ ਅਸੀਂ। ਚੱਲ ਸਾਹਿਬ ਜੀ, ਕੈਪੋਚੀਨੋ ਟੱਪ ਲਾ ਦੋ। ਕਾ ਫਾ ਕੈਪੋਚੀਨੋ ਦਾ ਕਿਹੋ ਜਿਹਾ ਬੰਦੇ ਆ? ਤੂੰ ਵੀ ਦਿਖਾਓ। ਚੱਲ 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 ਯੂ 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 ਜਨਾਬ ਜੀ। ਹਾਂਜੀ, ਉਹ ਬੰਦਾ ਤੁਹਾਨੂੰ ਕਹਿ ਕੇ ਗਿਆ ਕੋਹ? ਕੀ ਕਹਿ ਗਿਆ ਭਲਾ? ਉਹਦੇ ਬਾਰੇ ਵੀ ਕਰਾਂਗੇ ਗੱਲਬਾਤ। ਮੇਨ ਬੰਦਾ ਫੜਿਆ, ਠੀਕ ਹੈ। ਇਹ ਫਸਾਦ ਦੀ ਜੜ ਹੈ ਨਾ ਜਿਹੜੀ, ਉਹ ਫੜ ਲਈ ਆਪਾਂ, ਇਸ ਬਾਰੇ ਵੀ ਦੱਸਾਂਗੇ। ਫੋਨ ਵਾਲਾ ਤਾਂ ਕੰਮ ਖਰਾਬ ਹੋ ਗਿਆ। ਰਾਤ ਦੀ ਕਿਸੇ ਗੈਂਗਸਟਰ ਦੀ ਧਮਕੀ ਆ ਗਈ। ਯਾਰ ਮੇਰਾ ਤਾਂ ਨਵਾਂ ਸਾਲ ਔਖਾ ਕੀਤਾ ਹੋਇਆ ਇਹਨੇ। ਤੁਸੀਂ ਨਵਾਂ ਸਾਲ ਮਨਾਓ, ਤੁਸੀਂ ਗੈਂਗਸਟਰ ਉਹਨਾਂ ਨੂੰ ਕੀ ਕਹਿਣਾ? ਓਏ ਮੈਨੂੰ ਸਲਾਹ ਦਿਓ, ਮੇਰਾ ਘਰੋਂ ਨਿਕਲਣਾ ਔਖਾ ਹੋਇਆ ਪਿਆ। ਅੱਛਾ, ਸਲਾਹ ਤੁਹਾਨੂੰ ਮੈਂ ਦਿੰਦਾ ਫਿਰ। ਤੁਸੀਂ ਏਦਾਂ ਕਰੋ, ਥਾਣੇ ਜਾਓ। ਅੱਛਾ, ਥਾਣੇ ਜਾ ਕੇ ਪੁਲਿਸ ਵਾਲਿਆਂ ਨੂੰ ਕਹੋ ਵੀ ਸਾਡੇ ਤੇ ਏਦਾਂ ਏਦਾਂ ਨਾ, ਸਾਨੂੰ ਫੋਨ ਆਇਆ ਵਾ ਧਮਕੀ ਦਾ, ਉਹਨਾਂ ਤੁਹਾਡਾ ਮਸਲਾ ਹੱਲ ਕਰਨਾ ਜੀ। ਚੱਲ ਠੀਕ ਆ, ਥਾਣੇ ਜਾਣਾ ਪੈਣਾ ਫਿਰ? ਜਾਣਾ ਪੈਣਾ, ਗੋਲੀ ਖਾ ਲਓ ਫਿਰ, ਜਾਂ ਫਿਰ ਮਰ ਜਾਓ ਫਿਰ। ਯਾਰ ਤੁਸੀਂ ਜਾਓਗੇ ਉੱਥੇ, ਜਾ ਕੇ ਤੁਹਾਡਾ ਕੁਛ ਨਾ ਕੁਛ ਮਸਲਾ ਹੱਲ ਹੋਊਗਾ। ਗਨਮੈਨ ਲੈ ਲਈਏ 2000, ਇੱਦਾਂ ਤਾਂ ਮਾਰ ਦੇਣਾ ਸਾਨੂੰ। ਜੋ ਲੈਣਾ ਲੈ ਲਓ, ਤੁਸੀਂ ਨਵਾਂ ਸਾਲ ਨਾਲੇ ਉੱਥੇ ਥਾਣੇ 'ਚ ਮਨਾ ਲਿਓ। ਓਏ ਤੇ ਗੱਲ ਸਹੀ ਆ, ਸਹੀ ਆ, ਠੀਕ ਆ, ਠੀਕ ਆ, ਇੱਦਾਂ ਸਹੀ ਆ। ਹਾਂ, ਉੜ ਜਾ ਉੜ ਜਾ, ਨਿਕਲ ਜਾ ਨਿਕਲ ਜਾ ਨਿਕਲ ਜਾ, ਲੋਏ ਲੋਏ। ਚੱਲ ਇਹਨਾਂ ਦਾ ਤਾਂ ਸਿਰਾ ਕੰਮ ਚਾੜਤਾ ਮੈਂ, ਹੁਣ ਜਿਹੜਾ ਦੂਜਿਆਂ ਨੂੰ ਵੀ ਦੱਸ ਦੂਸ ਦਈਏ। ਜਨਾਬ ਜੀ, ਹਾਂਜੀ, ਆ 2023 ਜਾਣ ਵਾਲਾ। ਅੱਛਾ, ਤੇ 24 ਆਉਣ ਵਾਲਾ, ਠੀਕ ਹੈ। ਤੇ ਵਾਰ ਦਿੱਤਾ ਜਨਾਬ ਜੀ 2023 'ਚ ਕਿੰਨੀਆਂ ਹੋਈਆਂ ਵਾ, ਤੇ ਇਹ ਮੈਂ ਨੋਟ ਕਰ ਰਿਹਾ ਸੀ। ਖਾਸੀਆਂ ਹੋ ਗਈਆਂ ਬਾਈ, ਖਾਸੀਆਂ ਖਾਸੀਆਂ ਜਨਾਬ ਜੀ ਹੋਈਆਂ ਵਾ। ਤੇ ਜਨਾਬ ਜੀ ਆ ਉੱਤੋਂ ਵੀ ਫੋਨ ਆਉਂਦਾ ਸੀ, ਆ ਸਾਰੀ ਲਿਸਟ ਮੇਰੇ ਕੋਲ ਉਹਨਾਂ ਦੀ ਹੋਈ ਆ। ਜਨਾਬ ਜੀ ਫੋਨ ਉੱਤੋਂ ਵੀ ਆਉਂਦਾ ਵੀ ਆ, ਥੋੜ੍ਹਾ ਜਿਹਾ ਕਰੋ ਇਹਨਾਂ ਦਾ ਹਿਸਾਬ ਕਿਤਾਬ ਲੋਕਾਂ ਦਾ, ਜਿਹੜੇ ਪਿਆਉਣੇ ਹੁੰਦੇ। ਜੇਲ੍ਹ ਖਾਲੀ ਆ। ਸਤਿ ਸ਼੍ਰੀ ਅਕਾਲ ਜਨਾਬ। ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ? ਭਾਜੀ ਤਰਾਜੋ ਵੀਰ ਜੀ, ਇੱਥੇ ਉੱਧਰ ਗੱਲ ਕਰੋ ਜਨਾਬ ਜੀ, ਕਰੋ ਗੱਲ ਜਨਾਬ ਜੀ, ਇੱਧਰ ਆ ਜਾ ਵੀਰ ਤੂੰ, ਇੱਥੇ ਆ ਜਾ, ਕਰੋ ਗੱਲ ਉੱਧਰ। ਆਪਣੇ ਜਨਾਬ ਰਾਤੀ ਨਾ ਕੋਈ ਕਾਲ ਆ ਗਈ ਆਪਾਂ ਨੂੰ, ਬੰਦਿਆਂ ਨੇ ਧਮਕੀ ਇਸ ਹਿਸਾਬ ਨਾਲ ਦਿੱਤੀ, ਰਾਤ ਦੀ ਨੀਂਦ ਉਡਾਈ ਹੋਈ ਸਾਡੀ। ਕੀ ਗੱਲ ਹੋ ਗਈ? ਸਾਨੂੰ ਆ ਨਵੇਂ ਸਾਲ ਦੇ ਪਹਿਲੀ ਵਾਰੀ ਹੋਇਆ, ਦੋਨਾਂ ਭਰਾਵਾਂ ਨੂੰ ਐਸੀ ਧਮਕੀ ਆਈ ਆ, ਉਹ ਕਹਿੰਦੇ ਤੁਹਾਨੂੰ ਜਾਨੋਂ ਮਾਰ ਦਿਆਂਗੇ। ਤੁਹਾਨੂੰ ਤੁਹਾਨੂੰ ਕਿਹਨੇ ਜਾਨੋਂ ਮਾਰਨ ਦੀ ਧਮਕੀ ਦਿੱਤੀ? ਸਾਨੂੰ ਆਪ ਨਹੀਂ ਪਤਾ ਲੱਗਣ ਡਿਆ, ਤੁਸੀਂ ਤਾਂ ਸਾਨੂੰ ਖਤਰਨਾਕ ਆ ਯਾਰ। ਖਤਰਨਾਕ ਤਾਂ ਹੈਗੇ ਆ ਉਹ, ਤੁਹਾਨੂੰ ਵੀ ਪਤਾ ਆ, ਪਰ ਗੱਲ ਇਹਦਾ, ਜਾਂ ਸਾਨੂੰ ਤੁਸੀਂ ਗਨਮੈਨ ਦੇ ਦਿਓ ਤੇ ਜਾਂ ਸਾਨੂੰ ਕੋਈ ਸੇਫਟੀ ਦਿਓ। ਮੁਨਸ਼ੀ ਜਨਾਬ ਜੀ, ਮੈਂ ਗੱਲ ਦੱਸਾਂ ਤੁਹਾਨੂੰ, ਆ ਗਈ ਜੀ, ਆ ਜਾ ਦੋ ਮਿੰਟ ਭਾਜੀ, ਭਾਜੀ 2 ਮਿੰਟ ਬੈਠੋ, ਤੇ ਬੈਠੋ ਜੀ, ਬੈਠੋ ਬੈਠੋ ਬੈਠੋ। ਜਨਾਬ ਜੀ ਕਿੱਥੋਂ ਬਦਮਾਸ਼ ਆ ਗਿਆ ਇਹ? ਗਨਮੈਨ ਆਪਣਾ ਤਾਂ ਆਪਣੀ ਥਾਣੇ ਜੋਗੇ ਮਾਂ ਪੂਰੇ, ਗਨਮੈਨ ਵੀ ਦੇਈਏ, ਉੱਤੇ ਗੱਲ ਕਰਨੀ ਪੈਣੀ ਆ। ਬਿਲਕੁਲ, ਇਹਨਾਂ ਨੂੰ ਸਕੀਮ ਪਤਾ ਕੀ ਦਈਏ? ਠੀਕ ਹੈ, ਠੀਕ ਹੈ ਵੀਰ ਜੀ। ਭਾਈ ਸਾਹਿਬ ਸੇਫਟੀ ਤਾਂ ਤੁਹਾਨੂੰ ਅਸੀਂ ਦੇ ਦਈਏ,
ਸੇਫਟੀ ਤੇ ਚਾਹੀਦੀ ਆ ਕਿਉਂਕਿ ਗਨਮੈਨ ਮੁਸ਼ਕਲ ਹੈ ਕਿਉਂਕਿ ਥਾਣੇ ਚ ਅੱਗੇ ਵੀ ਥੋੜੀ ਨਹੀਂ ਸੇਫਟੀ ਦੇਵਾਂਗੇ ਸਟਾਫ ਨਹੀਂ ਹੈ ਸਾਡੇ ਕੋਲ ਸੇਫਟੀ ਤਾਂ ਦੇ ਦਾਂਗੇ ਬਸ ਸਾਨੂੰ ਸੇਫਟੀ ਚਾਹੀਦੀ ਸਾਨੂੰ ਤਾਂ ਦੋਨਾਂ ਭਰਾਵਾਂ ਨੂੰ ਨੀਂਦ ਨਹੀਂ ਆਉਂਦੀ ਰਾਤ ਦੀ ਪਰ ਗੁੱਸਾ ਨਾ ਕਰਿਓ ਸੇਫਟੀ ਅਸੀਂ ਉਸ ਤਰੀਕੇ ਦੀ ਦੇ ਸਕਦੇ ਮਤਲਬ ਉਹ ਨਾ ਤੁਸੀਂ ਕਿਉਂ ਵੀ ਸਾਨੂੰ ਕੋਈ ਵੱਖਰੀ ਸੇਫਟੀ ਚਾਹੀਦੀ ਹੈ ਹਾਂ ਸੇਫਟੀ ਦਿਓ ਸਾਨੂੰ ਵੇਖੋ ਜੀ ਤੁਹਾਨੂੰ ਪਤਾ ਥਾਣੇ ਦੇ ਵਿੱਚ ਤੁਹਾਨੂੰ ਕੋਈ ਬਾਰ ਬਾਰ ਖਰੀ ਕਰ ਸਕਦਾ ਬਿਲਕੁਲ ਹਾਂ ਬਿਲਕੁਲ ਬਿਲਕੁਲ ਇਸੇ ਕਰਕੇ ਥਾਣੇ 'ਚ ਆਏ ਹਾਂ ਜੇ ਆਪਾਂ ਤੁਹਾਨੂੰ ਸੇਫਟੀ ਥਾਣੇ 'ਚ ਦੇ ਦਈਏ ਤਾਂ ਮੰਨਦੇ ਨਹੀਂ ਮੰਨਦੇ ਹਾਂ ਬਿਲਕੁਲ ਹੈਂ ਅਤੇ ਫਿਰ ਤੁਸੀਂ ਐਂ ਕਰੋ ਥਾਣੇ ਤੋਂ ਬਾਹਰ ਨਾ ਜਾਓ ਥਾਣੇ ਦੇ ਅੰਦਰ ਹੀ ਰਹੋ ਹੈਗੀ ਚੰਗੀ ਜਗ੍ਹਾ ਸਾਡੇ ਕੋਲ ਠੀਕ ਆ ਜਗ੍ਹਾ ਵੀ ਕਿਹੜੀ ਆ ਤੁਹਾਡੇ ਪਿੱਛੇ ਹੀ ਆ ਸੁਣ ਆ ਸਾਨੂੰ ਆਹ ਹਵਾਲਾ ਦੇਵੋਗੇ ਇਹ ਜ਼ਿਆਦਾ ਸੇਫ ਆ ਉਹਦੇ ਨਾਲੋਂ ਮੇਰੀ ਗੱਲ ਸੁਣੋ ਬਾਹਰ ਗਏ ਤੇ ਤੁਹਾਨੂੰ ਕਿਸੇ ਨੇ ਗੋਲੀ ਮਾਰ ਦੇਣੀ ਆ ਅੰਦਰ ਕਿਹਨੇ ਤੁਹਾਨੂੰ ਹੱਥ ਨਹੀਂ ਲਾਉਣਾ ਅੰਦਰ ਤਾਂ ਨਹੀਂ ਹੱਥ ਨਹੀਂ ਲਾਉਣਾ ਮੰਨਦੇ ਆ ਕਿ ਨਹੀਂ ਹਾਂ ਨਹੀਂ ਸਹੀ ਚਲੋ ਫਿਰ ਅੰਦਰ ਹੀ ਦੇ ਦਿਓ ਯੋਧਿਆ ਬਸ ਤੁਹਾਨੂੰ ਖਾਣ ਪੀਣ ਨੂੰ ਸਭ ਕੁਝ ਮਿਲੇਗਾ ਛੇਤੀ ਭੇਜ ਦਿਓ ਹੁਣ ਆ ਗਿਆ ਸੀ ਇਹ ਤਾਂ ਰਾਤ ਦੀ ਰੋਟੀ ਵੀ ਨਹੀਂ ਖਾਦੀ ਆ ਗਿਆ ਜੀ ਆ ਗਿਆ ਬਹੁਤ ਬੁਰਾ ਹਾਲ ਆ ਇਹ ਗੈਂਗਸਟਰ ਨੇ ਹੱਥ ਚੱਕ ਲਈ ਜੀ ਗੁੰਡਾ ਕਰਦੀ ਖਤਮ ਕਰਦੀ ਸਾਡੀ ਜਦੋਂ ਹਵਾਲਾਤ ਗਏ ਨਾਲ ਜਨਾਬ ਜੀ ਦੋ ਕੀ ਕਹਿਣਾ ਜਨਾਬ ਜੀ ਦੋ ਗੈਂਗਸਟਰ ਫੜੇ ਆ ਆਲੇ ਅਫਗਨ ਬਦਮਾਸ਼ ਬਿਲਕੁਲ ਇੱਕ ਤਾਂ ਤੁਹਾਡੇ ਲੱਗ ਜੂ ਇੱਕ ਮੇਰੇ ਲਵਾ ਦੇ ਹੋਰ ਬਸ ਹੋ ਗਿਆ ਕੰਮ ਬਾਹਰ ਇਹਨਾਂ ਨੂੰ ਮੈਂ ਨਹੀਂ ਜਾਣ ਦਿੰਦਾ ਤੇ ਅੰਦਰ ਸੇਵਾ ਪਾਣੀ ਕਰਨੀ ਪੈਣੀ ਨਾ ਜੀ ਕਰ ਦਾਂਗੇ ਕਰ ਠੀਕ ਹੈ ਜਨਾਬ ਐ ਕਰੋ ਬਈ ਮਲਕੀਤ ਸਿਆ ਇੱਥੋਂ ਨਾ ਬਾਹਰ ਅਕੇਲਿਆਂ ਨੇ ਕੋ ਅਕੇਲੇ ਖੋ ਕੇ ਲਿਆ ਹਾਂ ਖੋਣ ਦਾ ਪਤਾ ਕੀ ਮਤਲਬ ਹੈ ਮੁੱਲ ਨਹੀਂ ਲਿਆਉਣੇ ਲੈ ਕੇ ਹਾਂ ਬਿਲਕੁਲ ਲੈ ਵੀ ਲੈ ਆ ਖਵਾ ਵੀਰ ਨੂੰ ਸਾਜੀ ਕਹ ਕੇ ਲੈ ਬੜੀ ਯਾਰ ਭੁੱਖ ਹੋ ਲੱਗੀ ਓਏ ਕਿ ਸਾਨੂੰ ਵੀ ਦੇ ਦਿੰਦੇ ਉਹ ਜਾ ਭਰਾਵਾ ਭੁੱਖ ਬਹੁਤ ਲੱਗੀ ਆ ਭਰਾਵਾ ਅਸੀਂ ਤਾਂ ਕਾਹਦਾ ਡਰਦੇ ਹਾਂ ਖਾਧਾ ਨਹੀਂ ਉਹ ਸਾਰੇ ਕਿੱਲੇ ਫੜਾਤੇ ਉਹ ਯਾਰ ਜਨਾਬ ਹੋਣਾ ਤੇ ਦੋ ਕਿੱਲੇ ਦੇ ਦੋ ਦੇ ਦਿੰਦੇ ਆ ਉਹ ਕਾਹਦੀ ਸਾਡੇ ਰੋਟੀ ਲੰਘਣ ਡਈ ਯਾਰ ਕੱਲ੍ਹ ਦਾ ਫੋਨ ਆਇਆ ਅਜਾ ਕਹਿੰਦਾ ਮਾਸੀ ਅੱਜ ਜਨਾਬ ਨੂੰ ਦੋ ਦਰਜਨਾ ਮੰਗਾ ਦੇ ਮੇਰੇ ਨਾਂ ਦੇ ਸਮਝਾ ਦੀ ਮਾੜਾ ਨਵਾਂ ਸਾਹਿਬ ਆਇਆ ਪਤਾ ਨੀ ਹੋਣਾ ਸਾਡੇ ਬਾਰੇ ਉਹ ਲਫਾਫਾ ਲੈ ਜਾ ਪਿੱਛੇ ਮੈਂ ਕੀ ਖਬਰ ਮਾਨਾ ਉਹ ਛਿਲਣਾ ਲੈ ਜਾ ਛਿਲਣਾ ਛੋੜਨਾ ਕਿ ਅਸੀਂ ਤੁਸੀਂ ਬੈਠੋ ਮਾਨਾ ਠੀਕ ਆ ਮੰਚੀ ਮੈਂ ਉਹ ਸਿਰੇ ਕੰਮ ਚਾੜਤਾ ਕਿਹੜਾ ਸਿਰੇ ਕੰਮ ਚੜਾ ਜਾਂਦਿਆ ਤੂੰ ਓਹੀ ਸਰਪੰਚ ਸਾਹਿਬ ਤੁਹਾਡੀ ਸੋਚ ਤੇ ਪਹਿਰਾ ਦੇਵਾਂਗੇ ਠੋਕ ਕੇ ਜਿਹੜੀਆਂ ਤੇ ਗੱਲਾਂ ਕਹੀਆਂ ਮੈਂ ਸਾਰਿਆਂ ਨੂੰ ਕਹਿ ਰਿਹਾ ਵੀ ਨਵਾਂ ਸਾਲ ਏਦਾਂ ਮਨਾਉਣਾ ਪਹਿਰਾ ਵੀ ਉਹਦਾ ਵਾ ਤੇ ਸੋਚ ਵੀ ਉਹਦੀ ਆ ਵਾਹਿਗੁਰੂ ਵਾਹਿਗੁਰੂ ਜੀ ਕਰੋ ਦਰਸ਼ਨ ਗੁਰਦੁਆਰਾ ਸਾਹਿਬ ਦੇ ਮਹਾਰਾਜ ਠੀਕ ਹੈ ਜੀ ਮੈਂ ਕਰਦਾ ਮੈਂ ਬਾਕੀ ਕੰਮ ਤੇ ਲੱਗਾ ਹੋਇਆ ਵਾਂ ਚਲ ਲੱਗਾ ਰਹੀ ਠੀਕ ਹੈ ਨਾ ਠੀਕ ਹੈ ਰੱਖਣਾ ਕੰਮ ਨੂੰ ਖਿੱਚ ਕੇ ਰੱਖਣਾ ਮੈਨੂੰ ਨਾ ਮੈਂਬਰ ਬਣਾ ਲਓ ਪੱਕਾ ਆਪਣਾ ਕੋਈ ਨਹੀਂ ਜੇ ਚੰਗੇ ਕਰਮ ਕਰੇਗਾ ਤੇ ਮੈਂਬਰ ਵੀ ਬਣਾ ਲਾਂਗੇ ਤੈਨੂੰ ਠੀਕ ਹੈ ਜੀ ਹਾਂ ਚਲੋ ਕਰੋ ਦਰਸ਼ਨ ਮਿਲੇ ਗੁਰੂ ਸਾਹਿਬ ਦੇ ਹਾਂ ਹਾਂ ਮੈਂ ਕਰਦਾ ਜੀ ਹਾਂ ਜੀ ਕਰੋ ਠੀਕ ਹੈ ਚੰਗਾ ਸਰਪੰਚ ਸਾਹਿਬ ਮਿਹਰਬਾਨੀ ਓਕੇ ਉਹ ਮੋਂਸੀ ਆ 3 ਦਿਨ ਹੋ ਗਏ ਤੈਨੂੰ ਅੰਦਰ ਕੀਤੇ ਨੂੰ ਹੈ ਉਹ ਸਾਨੂੰ ਬਾਹਰ ਕਿਉਂ ਕੱਢਣਾ ਤੂੰ ਉਹ ਤੁਹਾਨੂੰ ਖਾਣ ਪੀਣ ਨੂੰ ਮਿਲਦਾ ਨਾ ਉਹ ਖਾਣ ਪੀਣ ਨੂੰ ਤਾਂ ਮਿਲਦਾ ਯਾਰ ਸਾਨੂੰ ਬਾਹਰ ਨਹੀਂ ਕੱਢਣਾ ਉਹ ਕੱਢਦਾਂਗੇ ਬਾਹਰ ਬਾਹਰ ਤੁਹਾਨੂੰ ਖਤਰਾ ਗੋਲੀ ਦਾ ਖਤਰਾ ਹੈ ਗੋਲੀ ਦਾ ਤਾਂ ਖਤਰਾ ਹੈਗਾ ਯਾਰ ਨਵਾਂ ਸਾਲ ਕਿੱਦਾਂ ਦੇਖਾਂਗੇ ਜੀ ਲੱਗਦਾ ਇੱਥੇ ਨਹੀਂ ਲੱਗਦਾ ਯਾਰ ਤੇ ਤੁਹਾਨੂੰ ਫਿਰ ਇਹ ਤੋਂ ਵੱਡੀ ਜਗ੍ਹਾ ਦੇਈਏ ਵਧੀਆ ਆ ਵੱਡੀ ਜਗ੍ਹਾ ਦਿਓ ਯਾਰ ਵੱਡੀ ਜਨਾਬ ਜੀ ਹਾਂਜੀ ਵੱਡੀ ਜਗ੍ਹਾ ਬਿਲਕੁਲ ਬਣਦਾ ਹੀ ਉੱਥੇ ਹੀ ਬਣਦਾ ਐ ਕਰੋ ਵੱਡੀ ਜਗ੍ਹਾ ਦਿੰਨੇ ਆ ਹਾਂ ਜਾ ਅੰਦਰ ਪੀੜਾ ਗੇੜ ਲਈ ਆ ਹਾਂ ਹਾਂ ਆ ਜਾ ਕੇ ਅੰਦਰ ਦੀ ਨਾ ਬੂਆ ਬੂਆ ਖੋਲ ਅੱਛਾ ਇਹਨਾਂ ਨੂੰ ਵੱਡੀ ਜਗ੍ਹਾ ਦਿੰਨੇ ਆ ਇੱਥੋਂ ਵੀ ਵੀਆਈਪੀ ਹਾਂ ਅੰਦਰ ਜਾ ਕੇ ਬੂਆ ਖੋਲ ਚਲ ਸਹੀ ਆ ਆ ਬੂਆ ਖੋਲ ਦੇ ਚੱਲ ਜਾ ਅੰਦਰ ਜਾ ਜਨਾਬ ਜੀ ਜਿੰਨਾ ਚਿਰ
ਕਾਰਵਾਈ ਨਹੀਂ ਹੁੰਦੀ ਬਾਹਰ ਮੰਮੀ ਨਿਕਲ ਹੀ ਦਿੰਦਾ ਕੋਈ ਨਾ ਠੀਕ ਲੈ ਵੀ ਮੁੰਸ਼ੀ ਜੀ ਜਨਾਬ ਮੈਂ ਚੱਲਿਆ ਕੱਲ੍ਹ ਜਿਹੜਾ ਬੰਦਾ ਆਇਆ ਸੀ ਨਾ ਹਾਂਜੀ ਉਹ ਆਪਾਂ ਨੂੰ ਦੱਸ ਗਿਆ ਸੀ ਸਾਰੀ ਗੱਲ ਅੱਛਾ ਜੀ ਉਹ ਗੱਲ ਦੀ ਮੈਂ ਕਾਰਵਾਈ ਕਰਨ ਚੱਲਿਆ ਤੂੰ ਸਾਹਮ ਥਾਣਾ ਜੀ ਜਨਾਬ ਮੈਂ ਕਾਰਵਾਈ ਕਰਕੇ ਆਵਾਂ ਠੀਕ ਹੈ ਜਨਾਬ ਠੀਕ ਹੈ ਚੱਲ ਯੋਧਿਆ अपने ना पिंड दे विचों एक बंदा नहायत ही गंदा अंदरों बिलकुल गलत गुमराह करके पैसे कमाना चाहुंदा सी तेरा तरीका बिलकुल गलत है चलो गलती हो गई मेनू पर तेनु पता किदा लगा एरे साले दे छत्तर मारो एवें मारे छत्तर एवें मारे छत्तर साले साडे पलान दे छत्तर इहदे वजने चाहिदे छत्तर ए है ही छत्तरां दे लायक यार मैं की किया केनु यार जी मतलब मतलब मेंबर साहब मत गया मत मथा मत मासड़ी है मेरा मंड साहब मैं केनु की किया आओ दसणगे तेनु की किया सर तुहानू किवें पता लगा भी मैं गया मैं ते तुहाडे को वैसे ही आके निक्की मोटी गल दा मैं ते सर भी करूं दा पाशक ही हां सानू पता बहुत वड्डा कीदा प्रेशर कीता ही हां तेरी भुआ जा ओ सारा गल ते ओ गल कनी ओ तेरी मैं खा खलार देना मैं दसा असल च असी दस दे ओ कीदा तू है ओ राजा तू भी ओ कानून है कानून ओए उन्ना दी भी सुन लो बैठ जा हले ला असल दे विच तेरीयां करतूतां नाल सानू पता किवें पता लग्या जनाब जी हाँ मुंशी जनाब जी नवा साल आया फिर कुछ करना कि नहीं अज कर लेने करिए कोई कार्रवाई जनाब जी नवा साल अजे पे आ चार पाँच दिन तो तैयारी कर लिए शुरू फिर क्योंकि हाँ जी उत्तों भी SSP साहब का फोन आया मैनू अच्छा तुसी गए सी राउंड ते हाँ जी तो कहिंदे सी भी नवे साल तो कुछ करिए ही लव सीला भी नवे साल का मुहूर्त करना सुख नाल हवालात भी खाली अजे करना तो बनता है वो बंदा कि आया सी उहदे नाल करदे आ गल जी सुना फिर चलो कोई ना ठीक है जनाब कर लेने सत श्री अकाल सर सत श्री अकाल जी सत श्री अकाल साहब सत श्री अकाल सत श्री अकाल सर एक काम है जी थोड़े ताई ओ पहला बैठ जा भरावा हाल है सर थोड़े सामने बैठ थोड़ी सकदे कोई ना फिर की है बैठ जा बैठ ओए हेलो इनू बा माड़ा जा नहीं नहीं कोई गल नहीं जनाब जनाब गल इदा कि थोड़े तक एक खबर पहुंच रही है भी एक बंदा थानू दस रहा आके भी फलाना बंदा इदा नवा साल मना रहा की दस रहा जनाब खबर खबर ठीक है ते सर वैसे जो भी खबर तुहानू दिंदा वा वो सारी झूठी आ जाने कि लोकां नू एवें चुकणा च लै लैंदा अच्छा हुण तुहाडे कोल कदा लका वा ओ जनाब जी उहदा तरीका बड़ा वधिया है बड़ा रौला जा पिया पिंड च
ਤੇ ਮੈਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਦਾ ਵੀ ਤੁਸੀਂ ਮੇਰੇ ਬਾਪੂ ਦੇ ਕੋਈ ਕਾਰਵਾਈ ਨਾ ਕਰਿਓ। ਓ ਨਹੀਂ 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 ਜੇ ਜਾਂ ਤੇਰਾ ਬਾਪੂ ਜਾਂ ਸਾਡਾ ਯਾਰ, ਥੈਂਕ ਯੂ, ਪੈਸੇ ਕੱਢ ਲੈਣਾ, ਹਿਸਾਬ ਨਾ ਕਰਾਂਗੇ ਜਿਹੜਾ ਕੋਈ ਕਰ। ਹਾਂਜੀ, ਤੇ ਤੁਹਾਡੇ ਕੋਲ ਜੋ ਵੀ ਖਬਰ ਆ ਰਹੀ ਹੈ ਜੀ ਉਹ ਸਾਰੀਆਂ ਫੇਕ ਹੈ, ਝੂਠੀਆਂ ਵਾ, ਤੇ ਤੁਸੀਂ ਕੋਈ ਪਿੰਡ ਵਾਲੇ ਤੇ ਕਾਰਵਾਈ ਨਾ ਕਰਿਓ ਤੇ ਮੇਰੇ ਬਾਪੂ ਤੇ ਕਾਰਵਾਈ ਨਾ ਕਰਿਓ। ਬਾਕੀ ਸਰ ਤੁਹਾਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ। ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ, ਕੋਈ ਨਾ ਤੂੰ ਫਿਕਰ ਨਾ ਕਰੀ, ਠੀਕ ਹੈ, ਸਾਰਾ ਕੁਝ ਹਿਸਾਬ ਕਿਤਾਬ ਨਾ ਕਰਾਂਗੇ, ਠੀਕ ਹੈ ਸਰ, ਚੰਗਾ ਜੀ ਮੁਨਸ਼ੀ ਸਾਹਿਬ, ਹਾਂਜੀ ਓਕੇ ਭਰਾ ਜੀ, ਠੀਕ ਹੈ ਜੀ, ਠੀਕ ਹੈ ਠੀਕ ਹੈ। ਤਰੀਕਾ ਜਨਾਬ ਜੀ ਇਹਦਾ ਵੀ ਵਧੀਆ ਤੇ ਤਰੀਕਾ ਦੇ ਬਾਪੂ ਦਾ ਵੀ ਵਧੀਆ, ਤੇ ਨਵਾਂ ਸਾਲ ਹੁਣ ਕਿਹੜੇ ਤਰੀਕੇ ਨਾਲ ਮਨਾਈਏ ਇਹ ਪਿੰਡ ਵਾਲਿਆਂ ਤੋਂ ਪਤਾ ਕਰਦੇ ਜਾਂ ਕੇ। ਮੇਰਾ ਮੁੰਡਾ? ਹਾਂ ਤੇਰੇ ਮੁੰਡੇ ਨੇ। ਸਰਪੰਚ ਸਾਹਿਬ ਹੁਣ ਤੁਸੀਂ ਦੱਸੋ ਇਹਦਾ ਕੀ ਕਰਨਾ। ਸ਼ਾਂਤੀ ਦਿਓ, ਹਾਂ ਮੇਰੀ ਸ਼ਾਂਤੀ ਦਿਓ, ਮੇਰੇ ਕੋਲ ਸ਼ਾਂਤੀ ਹੈ ਨਹੀਂ। ਸ਼ਾਂਤੀ ਫਾਂਸੀ ਦੀ ਗੱਲ ਕਰਦਾ, ਫਾਂਸੀ ਮੈਂ ਕਤਲ ਕੀਤਾ, ਮੈਨੂੰ ਫਾਂਸੀ ਦੇਣੀ, ਫਾਂਸੀ ਕਿਵੇਂ ਜਾਓ? ਦੇਖੋ ਥਾਣੇਦਾਰ ਸਾਹਿਬ, ਬਿਲਕੁਲ ਗਲਤ ਕ੍ਰਾਈਮ ਕਰਦਾ ਵਾ, ਹਾਂਜੀ ਸਜ਼ਾ ਦਾ ਹੱਕਦਾਰ ਆ, ਬਿਲਕੁਲ ਵਾਕਿਆ ਇਹੋ ਜਿਹੇ ਨੂੰ ਫਾਂਸੀ ਹੋਣੀ ਚਾਹੀਦੀ ਆ, ਬਿਲਕੁਲ ਹੋਣੀ ਚਾਹੀਦੀ ਆ। ਮੈਂ ਮੰਨਦਾ ਵੀ ਮੈਂ ਗਲਤ ਤਰੀਕਾ ਅਪਣਾਇਆ, ਪਰ ਤੁਸੀਂ ਕਿਹਾ ਸਰਪੰਚ ਸਾਹਿਬ ਵੀ ਨਵਾਂ ਸਾਲ ਮਨਾਉਣਾ ਤਰੀਕੇ ਨਾਲ, ਤੇ ਮੈਂ ਤਰੀਕਾ ਹੀ ਇਹਨਾਂ ਨੂੰ ਦੱਸਿਆ, ਸਾਰਾ ਮੇਰੀ ਤਾਂ ਭੱਠੀ ਵਿੱਚ ਰਹਿ ਗਈ ਯਾਰ। ਮੈਂ ਤੇ ਤੈਨੂੰ ਤਰੀਕਾ ਦੱਸਿਆ ਸੀ ਤੇ ਮੇਰੀ ਭੁੱਕੀ ਵਾਲੀ ਚਾਹ, ਮੈਂ ਵੀ ਤੈਨੂੰ ਤਰੀਕਾ ਹੀ ਦੱਸਿਆ ਸੀ ਉਹ ਤੇ ਮੇਰੀ ਬੂਟੀ ਦਾ ਕੀ ਹੋਊਗਾ, ਮੈਂ ਵੀ ਤਰੀਕਾ ਹੀ ਦੱਸਿਆ ਸੀ ਸਾਡਾ ਮੋਬਾਈਲ। ਉਹ ਯਾਰ ਮੈਨੂੰ ਕੀ ਪਤਾ, ਮੈਂ ਤੈਨੂੰ ਤਰੀਕਾ ਹੀ ਦੱਸਿਆ ਸੀ ਵੀ ਨਵਾਂ ਸਾਲ ਕਿੱਦਾਂ ਮਨਾਉਣਾ, ਮੈਂ ਕੁਝ ਗਲਤ ਕੀਤਾ? ਹੁਣ ਦੱਸੋ ਸਰਪੰਚ ਸਾਹਿਬ ਇਹਨਾਂ ਦਾ ਕੀ ਕਰਨਾ? ਮੈਨੂੰ ਖੋਤੇ ਦੇਣਾ ਪਾਓ, ਮੈਨੂੰ ਖੋਤੇ ਤੋਂ ਬਹੁਤ ਡਰ ਲੱਗਦਾ। ਚੁੱਪ ਕਰਿਆ ਕਰ, ਤੇਰੀ ਗੱਲ ਦੀ ਘੱਟ ਸਮਝ ਲੱਗਦੀ ਮੈਂ ਦੱਸਦਾ, ਪਰ ਆਪਾਂ ਇਹਨਾਂ ਦਾ ਮੂੰਹ ਕਾਲਾ ਨਹੀਂ ਕਰ ਸਕਦੇ, ਬਿਲਕੁਲ, ਤੇ ਨਾ ਸਾਡੇ ਧਰਮ ਚ ਬਣਦਾ ਵਾ, ਕਿਉਂਕਿ ਇਹਨਾਂ ਨੇ ਸਿੱਖ ਤੇ ਦਸਤਾਰ ਬੰਨੀ ਹੋਈ ਹੈ ਸਿਰ ਤੇ, ਤੇ ਜਿਹੜਾ ਬੰਦਾ ਸਿੱਖ ਤੇ ਦਸਤਾਰ ਬੰਨਦਾ ਵਾ ਉਹਦਾ ਮੂੰਹ ਕਾਲਾ ਕਦੀ ਨਹੀਂ ਕਰਨਾ, ਬਿਲਕੁਲ, ਇਹਨੂੰ ਇਹੋ ਇਹਦੀ ਗਲਤੀ ਆ ਵੀ ਇਹਨੂੰ ਮਾਫ਼ ਕੀਤਾ ਜਾਵੇ, ਠੀਕ ਹੈ, ਨਾ ਤੋਂ ਪਿਛਣਿਆ ਕੋਈ ਗਲਤੀ ਨਹੀਂ ਕਰਨੀ। ਨਹੀਂ ਸਰ, ਮੈਂ ਸੌ ਖਾਨਾ, ਮੈਂ ਤੇ ਸਾਰਿਆਂ ਨੂੰ ਇਹੋ ਕਹਿਣਾ ਵੀ ਨਵਾਂ ਸਾਲ ਮਨਾਉਣਾ ਜਿੱਦਾਂ ਸਾਡੇ ਸਰਪੰਚ ਸਾਹਿਬ ਨੇ ਕਿਹਾ ਉਦਾਂ ਮਨਾਓ, ਸ਼ਹੀਦੀ ਦਿਹਾੜੇ ਚੱਲ ਰਹੇ ਨੇ ਤੇ ਸ਼ਹੀਦੀ ਦਿਹਾੜੇ ਗੁਰੂ ਮਹਾਰਾਜ ਦੇ ਚਰਨਾਂ 'ਚ ਲੱਗੋ, ਨਾਮ ਜਪੋ, ਕਿਰਤ ਕਰੋ, ਵੰਡ ਛਕੋ, ਮੈਂ ਬਹੁਤ ਕੁਝ ਮੇਰੇ ਪੱਲੇ ਪੈ ਗਿਆ, ਪਰ ਮੈਨੂੰ ਖੋਤੇ ਦੇਣਾ ਬਾਯੋ, ਇਹ ਖੋਤੇ ਤੇ ਨਹੀਂ ਬਣਾ, ਨਹੀਂ ਬਣਾ, ਫਿਰ ਝੋਟੇ 'ਤੇ ਬਿਠਾ ਦਿੰਦੇ ਹਾਂ। ਬੋਲ ਐਕਸ਼ਨ, ਐਕਸ਼ਨ ਬੋਲ, ਤੂੰ ਬੋਲ ਐਕਸ਼ਨ ਨਹੀਂ ਪਹਿਲਾਂ ਬੋਲ ਆਪਣਾ, ਸੌਰੀ, ਚਲੋ ਰੋਲ। ਓਕੇ ਜੀ, ਨਵਾਂ ਸਾਲ ਆਰਕੇ ਆਪਾਂ ਨਵੇਂ ਤਰੀਕੇ ਉੱਤੇ ਬਣਾ ਲਈ, ਲੋਕ ਬੋਲਣ ਸਾਰੇ ਚੱਲਦੇ ਨਾ, ਚੱਲਦੇ ਉੱਤੋਂ ਬਣਾ ਲਾ, ਚੱਲਦੇ ਠੀਕ ਹੈ ਜੀ। ਕੀ ਹਾਲ ਹੈ ਭਾਜੀ? ਆਵਜੇ ਅੱਗੇ ਨਹੀਂ ਆਉਣਾ ਭਾਜੀ, ਜਿਹੜੀ ਝੂਠ ਦੀ ਗੱਲ ਸਰਪੰਚ ਸਾਹਿਬ ਕਰਦੇ ਆ ਨਾ ਉਹ ਝੂਠ ਤੂੰ ਹੈ, ਇਹ ਡਾਇਲੋਗ ਬੋਲੋ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਉਪਾਸਨਾ ਸਿੰਘ, ਚਾਚਾ ਵਿਸ਼ਨਾ ਟੀਵੀ ਚੈਨਲ ਤੇ ਵੇਖੋ ਚਾਚਾ ਵਿਸ਼ਨਾ ਦੀ ਕਾਮੇਡੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਤੁਹਾਡਾ ਆਪਣਾ ਸਾਜ। ਸੋ ਗਾਇਜ਼, ਚਾਚਾ ਵਿਸ਼ਨਾ ਟੀਵੀ ਚੈਨਲ ਨੂੰ ਸਬਸਕ੍ਰਾਈਬ ਕਰੋ, ਸ਼ੇਅਰ ਕਰੋ, ਵਧੀਆ ਵਧੀਆ ਕਮੈਂਟ ਕਰੋ ਤੇ ਬਹੁਤ ਘੈਂਟ ਵੀਡੀਓਜ਼ ਦੇਖਣ ਲਈ ਸਬਸਕ੍ਰਾਈਬ ਕਰੋ।